ਜਨਤਾ ਲੰਡਿਆ ਵਾਲਾ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਆਵੇ। ਜਨਤਾ ਲੰਡਿਆ ਵਾਲਾ ਜੈਸਵੀਰ ਨੇ ਜੱਫਾ ਲਾਇਆ ਸੁੱਖ ਨੂੰ, ਉਹ ਸਟੇਜ ਤੋਂ ਆ ਕੇ ਪੈਸੇ ਲੈ ਜਾਏ ਜੀ, ਨਾਲੇ ਦੂਜਾ ਜੰਮਿਆਂ ਦੀ ਜੋਤੋ ਟੀਮ ਪੈਸੇ ਲੈ ਜਾਓ ਆ ਕੇ। ਸੁਰ ਸਿੰਘ ਵਾਲਾ ਤੇ ਵਕੀਲਾਂ ਵਾਲੇ ਦੀਆਂ ਟੀਮਾਂ ਦੇ ਦਰਮਿਆਨ ਮੁਕਾਬਲਾ ਜਿਹੜਾ ਸਟਾਰਟ ਕਰਵਾਇਆ ਜਾਵੇਗਾ। ਆਓ ਜੀ ਸੁਰ ਸਿੰਘ ਵਾਲਾ ਵਰਸੀ ਵਕੀਲਾਂ ਵਾਲੇ ਦੀਆਂ ਟੀਮਾਂ ਦੇ ਦਰਮਿਆਨ ਮੈਚ ਜਿਹੜਾ ਖੇਡ ਮੈਦਾਨ ਦੇ ਵਿੱਚ ਖੇਡਿਆ ਜਾਵੇਗਾ। ਸੁਰ ਸਿੰਘ ਵਾਲੇ ਦੀ ਟੀਮ ਆਈ ਹੈ, ਸੁਰ ਸਿੰਘ ਵਾਲਾ ਆਓ ਮੇਰੇ ਵਿਰਜਾਜੀ ਦੇ ਨਾਲ। ਇਸ ਸਮੇਂ ਮੈਚ ਜਿਹੜਾ ਖੇਡ ਮੈਦਾਨ ਦੇ ਵਿਚਕਾਰ ਖੇਡਿਆ ਜਾਵੇਗਾ ਸੁਰ ਸਿੰਘ ਵਾਲਾ ਵਰਸੀ ਵਕੀਲਾਂ ਵਾਲੇ ਦੀਆਂ ਟੀਮਾਂ ਦੇ ਦਰਮਿਆਨ। ਨਾਲ ਹੀ ਇਸ ਤੋਂ ਜਿਹੜਾ ਅਗਲਾ ਮੈਚ ਹੋਵੇਗਾ ਫੱਕਰ ਝੰਡਾ ਵਰਸੀ ਜਨੇਰਾ ਵਾਲਾ, ਫੱਕਰ ਝੰਡਾ ਤੇ ਨੇਰਾ ਵਾਲੇ ਦੀਆਂ ਟੀਮਾਂ ਇਸ ਤੋਂ ਅਗਲੇ ਮੁਕਾਬਲੇ ਦੇ ਲਈ ਤਿਆਰ ਪ੍ਰਚਾਰ ਰਹਿਣ। ਫੱਕਰ ਝੰਡਾ ਵਰਸੀ ਜਨੇਰਾ ਵਾਲੇ ਦਾ ਇਸ ਤੋਂ ਅਗਲਾ ਮੈਚ ਖੇਡਿਆ ਜਾਵੇਗਾ। ਦਿਲਬਾਗ ਉਹ ਸੌ ਨੂੰ ਜੱਫੇ ਕਿੰਨੇ ਅੱਜ ਸੀਗੇ? ਇੱਕ ਜੱਫਾ ਸੀ ਹਲੋ ਆ ਵੋਟਰ ਨੂੰ ਮੇਰੇ ਤੋਂ ਪਾਣੀ ਇਹਨੂੰ ਸੱਜੇ ਕੱਢਣਾ ਦੇਣ ਪਲੇਅਰਾਂ ਆਤੇ ਜਾਂ ਬੋਟਲਾਂ ਦੂਸਰੇ ਪਾਸੇ ਟੀਮ ਜਿਹੜੀ ਇਧਰਲੇ ਪਾਸੇ ਸੁਰ ਸਿੰਘ ਵਾਲੇ ਦੀ ਟੀਮ ਹੈ। ਦੋਨੋਂ ਟੀਮਾਂ ਦੇ ਵਿਚਕਾਰ ਇਹ ਵੀ ਜਿਹੜਾ ਬੜਾ ਤਕੜਾ ਮੁਕਾਬਲਾ ਖੇਡਿਆ ਜਾਵੇਗਾ। ਲੋਕਾਂ ਦੇ ਵਿੱਚ ਰੇਤਪੁਰੇ ਦਾ ਅਮਰੂ ਨੌਜਵਾਨ ਵਿਸ਼ੇਸ਼ ਤੌਰ ਤੇ ਪੁੱਜ ਚੁੱਕਿਆ ਹੈ। ਇਧਰ ਨੌਜਵਾਨ ਧਰਮਿੰਦਰ ਡੱਗੋਰ ਮਾਣੇ ਦਾ, ਸੁੱਖਾ ਵਕੀਲਾਂ ਵਾਲੇ ਦਾ, ਨਾਲ ਸੋਨੀ ਵਰਗੇ ਹੈ। ਲਓ ਪਹਿਲੀ ਕਬੱਡੀ ਇਸ ਸਮੇਂ ਦੇਖ ਰਹੇ ਵੀ ਵਕੀਲਾਂ ਵਾਲੇ ਦੀ ਟੀਮ ਦੇ ਵੱਲੋਂ ਗੁਲਾਮੀ ਵਾਲਾ ਪਿੰਡ ਹੈ ਨੌਜਵਾਨ ਕਬੱਡੀ ਖਿਡਾਰੀ ਦਾ, ਪਰ ਲੰਮੇ ਸਮੇਂ ਤੋਂ ਤੂਤਾਂ ਵਾਲਾ ਬਣ ਕੇ ਖੇਡਦਾ ਹੈ। ਰੂਪਾ ਇਸ ਸਮੇਂ ਦੇਖ ਰਹੇ ਵੀ ਨੌਜਵਾਨ ਪਹਿਲੀ ਕਬੱਡੀ ਵਕੀਲਾਂ ਵਾਲੇ ਦੇ ਵੱਲੋਂ ਖੇਡ ਮੈਦਾਨ ਦੇ ਵਿੱਚ ਕਬੱਡੀ ਪਾਉਣ ਦੇ ਲਈ ਲੋ ਵਧਿਆ ਹੋਇਆ ਹੈ। ਚਾਰ ਜਾਫੀ ਲੋ ਹਲਕਾ ਜਿਹਾ ਕੀਤਾ ਹੋਇਆ ਟੱਚ ਹੈ ਤੇ ਪੁਆਇੰਟ ਜਿਹੜਾ ਇਸ ਸਮੇਂ ਨੌਜਵਾਨ ਰੂਪਾ ਵਕੀਲਾਂ ਵਾਲੇ ਦੀ ਟੀਮ ਦੇ ਹਿੱਸੇ ਜੋੜਦਾ ਹੋਇਆ ਹੈ। ਚੱਲ ਵੀ ਨੌਜਵਾਨ ਭਾਵੀ ਕਬੱਡੀ ਸਿੰਘ ਸਰਦਾਰ ਗੱਭਰੂ ਹੈ ਇਸ ਸਮੇਂ ਪਿਆ ਖੇਡ ਮੈਦਾਨ ਦੇ ਅੰਦਰ ਕਬੱਡੀ ਪਾਉਂਦਾ ਹੋਇਆ। ਸਿੰਘ ਇਸ ਕਿੰਗ ਗੱਭਰੂ ਕਬੱਡੀ ਕਬੱਡੀ ਕਰਦਾ ਹੋਇਆ ਚਾਰ ਜਾਫੀ ਹੈ ਇਸ ਸਮੇਂ ਵਕੀਲਾਂ ਵਾਲਾ ਪਿੰਡ ਕਹਿੰਦੇ ਮੱਲ ਵਰਗਿਆਂ ਦਾ ਕਬੱਡੀ ਦੇ ਪੁਰਾਣੇ ਪ੍ਰਸਿੱਧ ਖਿਡਾਰੀਆਂ ਦਾ ਪਿੰਡ ਹੈ। ਲਓ ਸੁੱਖਾ ਇੱਕ ਕਣੀ ਤੇ ਹੈ, ਦੂਸਰੀ ਕਣੀ ਕਹਿੰਦੇ ਵੀ ਜਨੇਤਪੁਰੇ ਦਾ ਨੌਜਵਾਨ ਅਮਰੂ ਆਣਖੜਾ ਇਸ ਸਮੇਂ 35 ਕਬੱਡੀ ਹੈ। ਲਓ ਤੈਅ ਇਸ ਸਮੇਂ ਸੁਰ ਸਿੰਘ ਵਾਲੇ ਪਿੰਡ ਦਾ
ਨੌਜਵਾਨ ਗੱਭਰੂ ਕਬੱਡੀ ਕਬੱਡੀ ਕਰਦਾ ਹੋਇਆ ਆਹ ਦੇਖਦੇ ਵੀ ਜਲੰਧਰ ਸਿੰਘ ਸਿੱਧੂ ਰੌਲ ਵਰ ਗਿਆ ਨੇ ਆਲਟੋ ਦਿੱਤੀ ਇਸ ਖਿਡਾਰੀ ਨੂੰ ਸੁੱਖਾ ਵਕੀਲਾਂ ਵਾਲੇ ਪਿੰਡ ਦਾ ਨਾਲ ਹੀ ਬੇਨਤੀ ਹੈ ਸਾਡੇ ਵੀਰ ਬੰਸਾ ਜੀ ਹਰਬੰਸ ਸਿੰਘ ਜੀ ਅਗਲੀਆਂ ਜਿਹੜੀਆਂ ਟੀਮਾਂ ਦੀ ਲਿਸਟ ਵੀ ਹੈ ਜਿਹੜੀ ਉਹ ਵੀ ਕਿਰਪਾ ਕਰਕੇ ਖੇਡ ਮੈਦਾਨ ਵਿੱਚ ਪੁੱਜਦੀ ਕਰ ਦਿੱਤੀ ਜਾਵੇ ਚੱਲ ਵੀ ਨੌਜਵਾਨ ਇੱਧਰਲੇ ਬਣੇ ਵੇਖਦੇ ਵੀ ਧਰਮਿੰਦਰ ਸਿੰਘ ਕਹਿੰਦੇ ਨੌਜਵਾਨ ਡੱਗੋਰ ਵਾਲਾ ਪਿੰਡ ਹੈ ਇੱਧਰਲੇ ਬਣੇ ਜੱਗਿਆ ਜਾ ਚੁੱਕਿਆ ਹੈ ਤੇ ਪੁਆਇੰਟ ਜਿਹੜਾ ਇਸ ਸਮੇਂ ਜਾਫੀਆਂ ਦੇ ਹਿੱਸੇ ਜੁੜਦਾ ਹੋਇਆ ਹੈ ਚੱਲ ਵੀ ਨੌਜਵਾਨਾਂ ਪਾ ਵੀ ਕਬੱਡੀ ਇੱਧਰਲੇ ਬਣੇ ਭਲਵਾਨ ਵੇਖਦੇ ਵੀ ਕਾਲਾ ਖੇਡ ਮੈਦਾਨ ਦੇ ਅੰਦਰ ਕਬੱਡੀ ਕਬੱਡੀ ਕੂਕਦਾ ਹੋਇਆ ਚਾਰ ਜਾਫੀ ਨੇ ਬੁਰਜੀਆਂ ਵੜ ਕੇ ਗੱਭਰੂ ਦੇਖਦੇ ਵੀ ਕੌਣ ਜੱਫਾ ਲਾਵੇਗਾ ਇੱਧਰਲੇ ਬਣੇ ਪਾਈ ਹੋਈ ਰੇਡ ਹੈ ਲਓ ਗੁੰਦਵੇਂ ਸਰੀਰਾਂ ਵਾਲੇ ਪੰਜਾਬ ਦੇ ਸ਼ਹਿਰ ਇੱਕ ਪਾਸੇ ਦੇਖ ਰਹੇ ਵੀ ਨੌਜਵਾਨ ਸੋਨੀ ਹੈ ਤਲਵਾਰ ਨੂੰ ਫੱਕਰ ਝੰਡਾ ਤੇ ਮੇਰਾ ਮੈਚ ਰਹਿੰਦਾ ਹੈ ਹਾਂਜੀ ਹਾਂਜੀ ਫੱਕਰ ਝੰਡਾ ਤੇ ਇਹਨਾਂ ਵਾਲੇ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਨਾਲ ਹੀ ਜਲਾਲ ਵਾਰਸੀ ਚੌਂਦੇ ਦੀਆਂ ਟੀਮਾਂ ਜਲਾਲ ਤੇ ਚੌਂਦੇ ਦੀਆਂ ਟੀਮਾਂ ਇਹਨਾਂ ਟੀਮਾਂ ਨੂੰ ਵੀ ਬੇਨਤੀ ਹੈ ਵੀ ਇਸ ਤੋਂ ਅਗਲੇ ਮੈਚਾਂ ਦੇ ਲਈ ਕਿਰਪਾ ਕਰਕੇ ਗਰਾਊਂਡਾਂ ਵੱਲ ਮੇਰੇ ਵੀ ਤਿਆਰੀਆਂ ਖਿੱਚੋ ਇਸ ਸਮੇਂ ਰੂਪਾ ਇੱਕ ਪਾਸੇ ਵੇਖਦੇ ਵੀ ਨੌਜਵਾਨ ਗੁਲਾਮੀ ਵਾਲੇ ਪਿੰਡ ਦਾ ਔਰ ਦੂਸਰੇ ਪਾਸੇ ਸੁਰ ਸਿੰਘ ਵਾਲਾ ਪਿੰਡ ਹੈ ਤੇ ਪੁਆਇੰਟ ਜਿਹੜਾ ਨੌਜਵਾਨ ਰੂਪੇ ਦੇ ਹਿੱਸੇ ਜੁੜਦਾ ਹੋਇਆ ਹੈ ਚੱਲ ਵੀ ਨੌਜਵਾਨਾਂ ਪਾ ਵੀ ਕਬੱਡੀ ਇੱਧਰਲੇ ਬਣੇ ਵੇਖਦੇ ਵੀ ਨੌਜਵਾਨ ਅਗਲੀ ਕਬੱਡੀ ਖੇਡ ਮੈਦਾਨ ਦੇ ਅੰਦਰ ਇਸ ਸਮੇਂ ਇੱਕ ਕਹਿੰਦੇ ਘਨੌਰ ਦਾ ਪ੍ਰਸਿੱਧ ਹੈ ਇੱਕ ਕਹਿੰਦੇ ਵੀ ਨੌਜਵਾਨ ਜਲਾਲਪੁਰੀ ਹੈ ਪ੍ਰਸਿੱਧ ਹੈ ਪਰ ਇਸ ਸਮੇਂ ਗੁਰਲਾਲ ਪਰ ਆਹ ਨੌਜਵਾਨ ਕਹਿੰਦੇ ਵੀ ਜਾਫੀ ਬੱਦੋਵਾਲ ਦੇ ਖੇਡ ਮੇਲੇ ਤੇ ਨੈਣੋ ਜਿੱਤੀ ਤੇ ਅਮਰੂ ਜਨੇਤਪੁਰੀ ਵਾਲੇ ਤੇ ਥੋੜੀ ਸੱਟ ਲੱਗੀ ਗਈ ਹੈ ਖਿਡਾਰੀ ਦੇ ਮੂੰਹ ਸਪਰੇ ਜਿਹੜੀ ਜਲਦੀ ਨਾਲ ਖੇਡ ਮੈਦਾਨ ਦੇ ਵਿੱਚ ਪੁੱਜਦੀ ਕਰ ਦਿੱਤੀ ਜਾਵੇ ਇੱਧਰ ਥੋੜੀ ਸੱਟ ਲੱਗੀ ਹੈ ਕਿ ਲੱਗੇ ਸੱਟ ਨਾ ਗਰਾਊਂਡ ਵਿੱਚ ਕਿਸੇ ਵੀ ਖਿਡਾਰੀ ਨੂੰ ਤੇਵੀਂ ਰੀਤ ਕੋ ਸਾਨੂੰ ਤੋ ਟਾਵੇ ਨਾ ਭੰਡਾਰੀ ਨੂੰ ਤੇ ਸੁੱਖ ਸ਼ਾਂਤੀ ਦੀ ਝੱਲੀ ਜਾਈ ਤੂੰ ਪੱਖੀ ਮਾਲਕਾ ਨਿਗਾ ਮੇਰ ਦੀ ਗਰਾਊਂਡਾਂ ਉੱਤੇ ਰੱਖੀ ਮਾਲਕਾ ਨਿਗਾ ਮੇਰ ਦੀ ਗਰਾਊਂਡਾਂ ਉੱਤੇ ਰੱਖੀ ਮਾਲਕਾ ਹਲਕੀ ਜੀ ਸੱਟ ਲੱਗੀ ਹੈ ਨੌਜਵਾਨ ਖਿਡਾਰੀ ਦੇ ਪਰਮਾਤਮਾ ਇਹਨਾਂ ਨੌਜਵਾਨਾਂ ਨੂੰ ਸੱਟਾ ਫੇਟਾ ਤੋਂ ਦੂਰ ਰੱਖੇ ਇਹ ਜਿੱਦਾਂ ਘਰਾਂ ਦੇ ਵਿੱਚੋਂ ਹੱਸਦੇ ਆਉਂਦੇ ਹੈ ਔਰ ਆਪੋ ਆਪਣੇ ਘਰਾਂ ਨੂੰ ਵਾਪਸ ਹੱਸਦੇ ਪਰਤਣ ਇਸ ਤੋਂ ਜਿਹੜਾ ਅਗਲਾ ਮੈਚ ਫੱਕਰ ਝੰਡਾ ਵਾਰਸੀ ਜਨੇਰਾ ਵਾਲੇ ਦੀ ਟੀਮਾਂ ਦੇ ਦਰਮਿਆਨ ਹੋਵੇਗਾ ਫੱਕਰ ਝੰਡਾ ਵਾਰਸੀ ਜਨੇਰਾ ਵਾਲਾ ਇੱਕ ਮਿੰਟ ਬਾਈ ਵੇਟਰ ਜਿੰਨੇ ਆ ਉਹਨਾਂ ਦੇ ਪੈਸੇ ਮਿਲਦੇ ਜਿਹੜੇ ਮੁਕੇ ਆ ਮੁਕੇ ਰਹੋ ਹੁਣ ਆਲਣਾ ਸਾਹਮਣੇ ਜਿੰਨੇ ਸਾਡੇ ਸਾਹਮਣੇ ਹੁਣ ਅਸੀਂ ਗੈਲਦੇ ਸਾਡੇ ਕਮੇਟੀ ਮੈਂਬਰਾਂ ਨੇ ਉਹਨਾਂ ਦੇ ਪੈਸੇ ਦੇਣੇ ਆ ਡਾਕਟਰ ਸਾਹਿਬਾਨ ਕਿਰਪਾ ਕਰਕੇ ਬੇਨਤੀ ਹੈ ਬਾਈ ਅਰਬਾਸੀ ਜੀ ਆਪਣੇ ਜਿਹੜੇ ਡਾਕਟਰ ਸਾਹਿਬਾਨਾਂ ਦੀ ਡਿਊਟੀ ਲਾਈ ਹੈ ਕਿਰਪਾ ਕਰਕੇ ਉਹਨਾਂ ਨੂੰ ਅਨਾਊਂਸ ਕਰ ਦਿਓ ਸਾਡੇ ਡਾਕਟਰ ਸਾਹਿਬਾਨ ਕਾਲੇ ਨੂੰ ਬੁਲਾਈਆ ਕਾਲੇ ਨੂੰ ਬੁਲਾਓ ਕੋਈ ਨਹੀਂ ਹੱਥ ਤੋਂ ਫੜਿਓ ਸੋ ਲੋ ਠੀਕ ਠੀਕ ਚਲੋ ਮੈਚ ਸ਼ੁਰੂ ਕਰੋ ਜੀ ਸਾਡੇ ਡਾਕਟਰ ਸਾਹਿਬਾਨ ਕਿਰਪਾ ਕਰਕੇ ਬੇਨਤੀ ਹੈ ਵੀ ਜਲਦੀ ਦੇ ਨਾਲ ਗਰਾਊਂਡ ਵਿੱਚ ਆ ਜਾਣ ਸਾਡੇ ਡਾਕਟਰ ਸਾਹਿਬਾਨ ਜਿਹਨਾਂ ਵੀਰਾਂ ਦੀ ਡਿਊਟੀ ਹੈ ਇੱਧਰਲੇ ਬਣੇ ਵੇਖਦੇ ਵੀ ਇੱਕ ਪਾਸੇ ਕਹਿੰਦੇ ਵੀ ਬਾਬੇ ਨਰਸਿੰਘ ਉਹਦਾ ਪੋਪਰਾ ਹੈ ਨੌਜਵਾਨ ਧਰਮਿੰਦਰ ਨੌਜਵਾਨ ਦੇਖਦੇ ਵੀ ਇਸ ਸਮੇਂ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ ਹੈ ਅਗਲਾ ਮੈਚ ਫੱਕਰ ਝੰਡਾ ਤੇ ਨਿਹਰਾ ਵਾਲਾ ਫੱਕਰ ਝੰਡਾ ਵਾਰਸੀ ਜਿਹੜਾ ਵਾਲਾ ਨਾਲ ਹੀ
ਬੇਨਤੀ ਹੈ ਵੀ ਸਾਡੇ ਡਾਕਟਰ ਸਾਹਿਬਾਨ ਕਿਰਪਾ ਕਰਕੇ ਗਰਾਊਂਡ ਦੇ ਵਿੱਚ ਆ ਜਾਣ। ਫੱਕਰ ਝੰਡਾ ਤੇ ਨਿਹਰਾਵਾਲੇ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ, ਨਿਹਰਾਵਾਲਾ ਵਰਸੀ ਫੱਕਰ ਝੰਡਾ। ਡਾਕਟਰ ਮਹਿਤਾ ਜੀ ਜਿੱਥੇ ਵੀ ਆਵਾਜ਼ ਸੁਣਦੇ ਨੇ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਆ ਜਾਣ। ਡਾਕਟਰ ਮਹਿਤਾ ਜੀ ਸਾਨੂੰ ਉਹਨਾਂ ਦੀਆਂ ਸੇਵਾਵਾਂ ਦੀ ਜ਼ਰੂਰਤ ਹੈ। ਡਾਕਟਰ ਮਹਿਤਾ ਜੀ ਕਿਰਪਾ ਕਰਕੇ ਬੇਨਤੀ ਹੈ ਜਲਦੀ ਦੇ ਨਾਲ ਗਰਾਊਂਡ ਦੇ ਵਿੱਚ ਆ ਜਾਣ। ਨਾਲ ਹੀ ਬੇਨਤੀ ਹੈ ਜਿਹੜੇ ਸਪੇਅਰ ਖਿਡਾਰੀ ਹੈ ਮੇਰੇ ਵਿੱਚ ਥੱਲੇ ਬੈਠ ਜਾਓ। ਇਸੇ ਨਾਲ ਹੀ ਮੈਚ ਜਿਹੜਾ ਸਮਾਪਤ ਆ ਉਹ ਨਿਹਰਾਵਾਲ ਤੇ ਫੱਕਰ ਝੰਡਾ ਇਸ ਚੱਲਦੇ ਹੋਏ ਮੁਕਾਬਲੇ ਦੇ ਵਿੱਚ ਵਕੀਲਾਂ ਵਾਲੇ ਦੀ ਟੀਮ ਜਿਹੜੀ ਜੇਤੂ ਰਹੀ ਹੈ, ਵਕੀਲਾਂ ਵਾਲੇ ਦੀ ਟੀਮ ਇਸ ਚੱਲਦੇ ਹੋਏ ਮੁਕਾਬਲੇ ਦੇ ਵਿੱਚੋਂ ਜੇਤੂ ਰਹੀ ਹੈ ਵਕੀਲਾਂ ਵਾਲਾ। ਆਓ ਨਿਹਰਾਵਾਲਾ ਤੇ ਫੱਕਰ ਝੰਡਾ। ਬਾਈ ਜੀ ਡਾਕਟਰ ਆਉਂਦਾ ਜੀ, ਬਸ ਜੀ ਸਿੰਘ ਜੀ ਡਾਕਟਰ ਆ ਰਿਹਾ, ਡਾਕਟਰ ਆਉਂਦਾ ਬਾਈ, ਡਾਕਟਰ ਆ ਰਿਹਾ ਜੀ। ਇੱਕ ਸਾਡੇ ਪਿੰਡ ਦਾ ਹੋਇਆ ਬਾਈ ਮਾਛੀ ਪੂਰਾ ਡਾਕਟਰ ਕੌਰਾ ਕਹਿੰਦੇ ਆ ਜੀ ਉਹਨੂੰ ਡਾਕਟਰ ਕੌਰਾ। ਇੱਕ ਤੇ ਉਹ ਤੁਹਾਡੀ ਆਵਾਜ਼ ਸੁਣਦਾ ਤਾਂ ਉਹ ਮਿਹਰਬਾਨੀ ਕਰਕੇ ਗਰਾਊਂਡ 'ਚ ਪਹੁੰਚੇ। ਆਓ ਸ਼ੀਰੇ ਠੀਕ ਆ, ਠੀਕ ਆ ਜੀ ਠੀਕ ਆ। ਬਾਕੀ ਡਾਕਟਰ ਸਾਹਿਬ ਆ ਰਹੇ ਤਾਂ ਟੀਕਾ ਟੂਕਾ ਲਾ ਦੇਣਗੇ। ਲਓ ਹੁਣ ਜਿਹੜਾ ਮੈਚ ਖੇਡ ਮੈਦਾਨ ਦੇ ਵਿਚਕਾਰ ਸਟਾਰਟ ਹੋਣ ਜਾ ਰਿਹਾ ਹੈ। ਇੱਕ ਪਾਸੇ ਟੀਮ ਜਿਹੜੀ ਕਹਿੰਦੇ ਵੀ ਸਟੇਜ ਵਾਲੇ ਪਾਸੇ ਟੀਮ ਜਿਹੜੀ ਹੈ ਇਹ ਫੱਕਰ ਝੰਡੇ ਦੀ ਟੀਮ ਹੈ, ਦੂਸਰੇ ਪਾਸੇ ਨਿਹਰਾਵਾਲਾ ਪਿੰਡ ਹੈ। ਪਹਿਲੀ ਕਬੱਡੀ ਦੇਖਦੇ ਵੀ ਕੌਣ ਕਬਰੂ ਕਬੱਡੀ ਪਾਵੇਗਾ। ਇਸ ਸਮੇਂ ਨਿਹਰਾਵਾਲਾ ਸੁਲੇਖਾਣੀ ਵਾਲੇ ਪਾਸੇ ਹੈ। ਬਾਈ ਬੋਲਦਾ ਕਰੋ, ਟੀਮ ਕਿੱਥੇ ਲੱਗ ਤੇਰੇ ਪਾਸੇ ਦੋ ਤਿੰਨ ਵਾਰਾ ਬੋਲਦਾ ਕਰੋ। ਹਾਂਜੀ, ਇੱਕ ਪਾਸੇ ਇੱਧਰ ਸਟੇਜ ਵਾਲੇ ਪਾਸੇ ਟੀਮ ਜਿਹੜੀ ਫੱਕਰ ਝੰਡੇ ਦੀ ਹੈ, ਦੂਸਰੇ ਪਾਸੇ ਨਿਹਰਾਵਾਲੇ ਦੀ ਟੀਮ ਹੈ। ਲਓ ਪਹਿਲੀ ਕਬੱਡੀ ਨਿਹਰਾਵਾਲੇ ਦੀ ਧਰਤੀ ਦਾ ਦੇਖਦੇ ਵੀ ਬੇਅੰਤ ਇਸ ਸਮੇਂ ਖੇਡ ਮੈਦਾਨ ਦੇ ਅੰਦਰ ਨੌਜਵਾਨ ਕਬੱਡੀ ਪਾਉਣ ਲਈ ਵਾਧਾ ਹੋਇਆ ਦੇਖਦੇ ਵੀ ਚਾਰ ਜਾਫੀ ਹੈ। ਇੱਧਰਲੇ ਬੜੇ ਦੇਖਦੇ ਵੀ ਭਗਵਾਨ ਦੀ ਕੀਤੀ ਹੋਈ ਕੋਸ਼ਿਸ਼ ਹੈ, ਫੜਿਆ ਹੋਇਆ ਫੁੱਟ ਹੈ। ਲਓ ਦੇਖਦੇ ਵੀ ਪਹਿਲਾ ਡੇਢ ਪੁਆਇੰਟ ਜਿਹੜਾ ਕਿਸ ਗੱਭਰੂ ਦੇ ਹਿੱਸੇ ਵਿੱਚ ਜੁੜੇਗਾ। ਇੱਧਰਲੇ ਬੜੇ ਮਣੀ ਧੂੜ ਜੀ ਰੈਫਰਸ਼ਿਪ ਦੀਆਂ ਜ਼ਿੰਮੇਵਾਰੀਆਂ। ਲਓ ਦੇਖਦੇ ਵੀ ਪੁਆਇੰਟ ਕਿਸ ਗੱਭਰੂ ਦੇ ਹਿੱਸੇ ਦੇ ਵਿੱਚ ਜੁੜਨਾ ਹੈ। ਇੱਧਰਲੇ ਬੜੇ ਤੇ ਪੁਆਇੰਟ ਜਿਹੜਾ ਜਾਫੀਆਂ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ। ਲਓ ਅਗਲੀ ਕਬੱਡੀ ਕਰਨਾ ਸਰਪੰਚ ਆਖਦੇ ਆ ਨੌਜਵਾਨ ਗੱਭਰੂ ਨੂੰ ਇਸ ਸਮੇਂ ਕਬੱਡੀ ਪਾਉਣ ਦੇ ਲਈ। ਫੱਕਰ ਝੰਡੇ ਦੀ ਧਰਤੀ ਦਾ ਕਰਮਾ ਖੇਡ ਮੈਦਾਨ ਦੇ ਵਿੱਚ ਵਾਹ ਚੁੱਕਿਆ ਹੈ, ਚਾਰ ਜਾਫੀ ਹੈ। ਲਓ ਦੇਖਦੇ ਵੀ ਕੌਣ ਜੱਫਾ ਲਾਵੇਗਾ। ਇਸ ਸਮੇਂ ਪੈਂਦੀਆਂ ਹੋਈਆਂ ਕਬੱਡੀਆਂ ਖੇਡ ਮੈਦਾਨ ਦੇ ਅੰਦਰ ਔਰ ਲਾਈਨ ਟੱਚ ਹੈ, ਪੁਆਇੰਟ ਜਿਹੜਾ ਕਰਮੇ ਦੇ ਹਿੱਸੇ ਜੁੜਦਾ ਹੋਇਆ। ਪ੍ਰਦੀਪ ਮਹਿਦਾ ਵਾਲੇ ਦੀ ਧਰਤੀ ਦਾ ਨੌਜਵਾਨ ਗੱਭਰੂ ਇਸ ਸਮੇਂ ਕਬੱਡੀ ਪਾਉਂਦਾ ਹੋਇਆ। ਚੱਲ ਗਈ ਪਾਦੀ ਕਬੱਡੀ ਕੀ ਆ ਗਏ ਜਵਾਨ ਵੇਖੋ ਖਿੱਚ ਕੇ ਤਿਆਰੀਆਂ ਮਿਹਨਤਾਂ ਦੇ ਨਾਲ ਕਿਵੇਂ ਬਾਡੀਆਂ ਸ਼ਿੰਗਾਰੀਆਂ ਲੱਗੂਗਾ ਮੈਦਾਨ ਵਿੱਚ ਚੋਰ ਚੋਟੀ ਅਤੇ ਅੱਡੀ ਦਾ ਕੌਡੀ ਤੋਂ ਬਣ ਜੇ ਹੀਰਾ ਜੀ ਨੂੰ ਲੱਗ ਦੇਸ਼ ਕੇ ਕਬੱਡੀ ਦਾ। ਇੱਧਰਲੇ ਬਣੇ ਹਰਦੇਵ ਨੇ ਪੂਰੀ ਕੋਸ਼ਿਸ਼ ਕੀਤੀ ਪਰ ਪੁਆਇੰਟ ਜਿਹੜਾ ਪ੍ਰਦੀਪ ਦੇ ਹਿੱਸੇ ਜੁੜਿਆ ਹੈ। ਇੱਧਰਲੇ ਬਣੇ ਅੱਗੇ ਕਬੱਡੀ
ਧਰਮਪਾਲ ਕਨੇਡਾ ਜੀ ਸਾਡੇ ਵੀਰ ਬੱਬੂ ਝੰਜੀਆਂ ਨਾਲ ਪਿੱਟੂ ਝੰਜੀਆਂ ਸਾਡੇ ਵੀਰ ਅਗਲੇ ਸਾਲ ਕਹਿੰਦੇ ਵੀ ਇਸ ਏਰੀਏ ਦੇ ਸੁਪਰ ਸਟਾਰ ਖਿਡਾਰੀ ਤਲਵੰਡੀ ਭਾਈ ਵਾਲੇ ਲਾਲੇ ਦਾ ਵਿਸ਼ੇਸ਼ ਤੌਰ ਤੇ ਮਾਨ ਸਨਮਾਨ ਇਹਨਾਂ ਤਿੰਨਾਂ ਵੀਰਾਂ ਵੱਲੋਂ ਕੀਤਾ ਜਾਵੇਗਾ। ਸਾਡੇ ਵੀਰ ਇਹਨਾਂ ਸਾਰੇ ਸੱਜਣਾਂ ਦਾ ਧੰਨਵਾਦ ਹੈ। ਕਬੱਡੀ ਵੇਖਦੇ ਵੀ ਗਗਨਾ ਡਰੋਲੀ ਭਾਈ ਪਿੰਡ ਹੈ ਨੌਜਵਾਨ ਕਬੱਡੀ ਖਿਡਾਰੀ ਦਾ, ਜਿਹੜੇ ਪਿੰਡ ਦਾ ਕਹਿੰਦੇ ਨੀਨਾ ਅੱਜ ਕੱਲ੍ਹ ਦੁਨੀਆ ਭਰ ਦੇ ਵਿੱਚ ਸੁਪਰ ਸਟਾਰ ਬਣ ਗਿਆ, ਉਸੇ ਹੀ ਪਿੰਡ ਦਾ ਆਹ ਨੌਜਵਾਨ ਗੱਭਰੂ। ਪਰ ਦੂਸਰੇ ਪਾਸੇ ਦੇਖਦੇ ਵੀ ਕੀਤੀ ਹੋਈ ਕੋਸ਼ਿਸ਼ ਹੈ, ਫੱਕਰ ਝੰਡੇ ਦਾ ਨੌਜਵਾਨ ਇਸ ਸਮੇਂ ਕਹਿੰਦੇ ਵੀ ਤੋਚੀ ਵਰਗੇ ਵੱਡੇ ਨਾਮ ਨੇ ਕਬੱਡੀ ਜਗਤ ਦੇ ਵਿੱਚ। ਚੱਲ ਵੀ ਨੌਜਵਾਨ ਭਾਵੀ ਕਬੱਡੀ ਕਹਿੰਦੇ ਇੱਕ ਗਾਜੀ ਵਾਲੇ ਦਾ ਪੂਰੀ ਦੁਨੀਆ ਭਰ ਦੇ ਵਿੱਚ ਪ੍ਰਸਿੱਧ ਹੋਇਆ ਹੈ, ਪਰ ਆਹ ਨੌਜਵਾਨ ਖਿਡਾਰੀ ਦਾ ਦਰਸ਼ਕੀਰੋ ਹਮੀਦੀ ਪਿੰਡ ਹੈ, ਦੁਨੀਆ ਕਾਲੇ ਦੇ ਨਾਂ ਨਾਲ ਜਾਣਦੀ ਹੈ, ਦੁਨੀਆ ਦਾ ਪ੍ਰਸਿੱਧ ਖਿਡਾਰੀ ਹੈ ਕਾਲਾ ਹਮੀਦੀ ਪਿੰਡ ਦਾ। ਔਰ ਇੱਧਰ ਬਣੇ ਪੁਆਇੰਟ ਜਿਹੜਾ ਚੱਲ ਵੀ ਨੌਜਵਾਨ ਭਾਵੀ ਕਬੱਡੀ ਇਧਰ ਬੜੇ ਪੈਂਦੀ ਹੋਈ ਲੇਡ ਹੈ। ਇਸ ਸਮੇਂ ਦੇਖਦੇ ਵੀ ਬੇਅੰਤ ਨਿਧਾਂ ਵਾਲੇ ਪਿੰਡ ਦਾ ਗੱਭਰੂ ਪੁਆਇੰਟ ਜਿਹੜਾ ਇਸ ਸਮੇਂ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ ਹੈ। ਚੱਲ ਵੀ ਨੌਜਵਾਨ ਭਾਵੀ ਕਬੱਡੀ ਇਧਰਲੇ ਬਣੇ ਵੇਖਦੇ ਵੀ ਫੱਕਰ ਝੰਡੇ ਦੀ ਟੀਮ ਦਾ ਨੌਜਵਾਨ ਗੱਭਰੂ ਕਬੱਡੀ ਪਾ ਰਿਹਾ ਹੈ। ਨਾਲ ਹੀ ਮੈਂ ਸੱਦਾ ਦੇਵਾਂਗਾ ਜਲਾਲ ਵਰਸਿਸ ਚੌਂਦੇ ਦੀਆਂ ਟੀਮਾਂ, ਜਲਾਲ ਤੇ ਚੌਂਦੇ ਦੀਆਂ ਟੀਮਾਂ ਇਸ ਤੋਂ ਅਗਲੇ ਮੁਕਾਬਲੇ ਦੇ ਲਈ ਗਰਾਊਂਡ ਵੱਲ ਆ ਜਾਣ। ਕਹਿੰਦੇ ਵੀ ਬੁਈਆਂ ਵਾਲਾ ਪਿੰਡ ਕੇਵਲ ਦਾ ਪਿੰਡ ਹੈ, ਪਰ ਆਹ ਦੇਖਦੇ ਵੀ ਨੌਜਵਾਨ ਕੁੜੀਆਂ ਦੇ ਪ੍ਰਸਿੱਧ ਧਾਵੀਆਂ ਨੂੰ ਜੱਫੇ ਲਾਉਣ ਵਾਲਾ ਸੁਖਦੇਵ ਸਿੰਘ ਬੁਈਆਂ ਵਾਲੇ ਪਿੰਡ ਦਾ ਗੱਭਰੂ ਨਿਧਾਂ ਵਾਲੇ ਦੀ ਟੀਮ ਦੇ ਪੂਰੀ ਕੋਸ਼ਿਸ਼ ਕਰਦਾ ਹੈ। ਪੁਆਇੰਟ ਜਿਹੜਾ ਇਸ ਸਮੇਂ ਜਾਫੀਆਂ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ, ਇਧਰ ਬਣੇ ਪੁਆਇੰਟ ਜਿਹੜਾ ਡੇਰਾ ਵਾਲੇ ਦਾ ਹੈ। ਚੱਲ ਵੀ ਪ੍ਰਦੀਪ ਭਾਵੀ ਦਾ ਉਦਵਾਰਾ ਕਬੱਡੀ ਇਸ ਸਮੇਂ ਦੇਖਦੇ ਵੀ ਡੇਰਾ ਵਾਲੇ ਪਿੰਡ ਦਾ ਪ੍ਰਦੀਪ ਸਿੰਘ ਖੇਡ ਮੈਦਾਨ ਦੇ ਅੰਦਰ ਕਬੱਡੀ ਪਾ ਰਿਹਾ ਹੈ ਕਿ ਜਿਨ੍ਹਾਂ ਨੇ ਖੇਡੀ ਜੀ ਲਾ ਕੇ ਬੁਲਟਾਂ ਉੱਤੇ ਚੜ੍ਹਾਤੇ, ਜਿਨ੍ਹਾਂ ਨੇ ਖੇਡੀ ਜੀ ਲਾ ਕੇ ਉਹ ਬੁਲਟਾਂ ਉੱਤੇ ਚੜ੍ਹਾਤੇ, ਜੇਬਾਂ ਨੋਟ ਨਾ ਝੱਲਣ ਵੀ ਕੋਠੀਆਂ ਕਾਰਾਂ ਵਾਲੇ ਬਣਾਤੇ, ਤੇ ਕਈਆਂ ਦੀ ਚੱਕ ਦਿੱਤੀ ਗਰੀਬੀ ਕਰਤੀ ਖੁਸ਼ਕੀ ਦੂਰ, ਇੰਗਲੈਂਡ ਕਨੇਡਾ ਯੂਰਪ ਦੇ ਹੁਣ ਲਾਉਂਦੇ ਫਿਰਦੇ ਟੂਰ, ਤਕਦੀਰ ਦੇ ਬੂਹੇ ਖੁੱਲ ਜਾਂਦੇ ਨੇ ਜੇਕਰ ਗੁਣ ਹੋਵਣ ਕੋਲ ਕਬੱਡੀ ਦੇ। ਹੁਣ ਦੁਨੀਆਂ ਦੇ ਵਿੱਚ ਵੱਜ ਗਏ ਲੋਕੋ ਢੋਲ ਕਬੱਡੀ ਦੇ, ਹੁਣ ਦੁਨੀਆਂ ਦੇ ਵਿੱਚ ਵੱਜ ਗਏ ਮਿੱਤਰੋ ਢੋਲ ਕਬੱਡੀ ਦੇ, ਕਬੱਡੀ ਦੇ ਢੋਲ ਵੱਜਦੇ ਹੈ। ਇਸ ਸਮੇਂ ਰੇਪਾ ਡਰੋਲੀ ਭਾਈ ਪਿੰਡ ਦਾ ਕੋਸ਼ਿਸ਼ ਕਰਦਾ ਹੈ, ਪਰ ਪੁਆਇੰਟ ਜਿਹੜਾ ਫੱਕਰ ਝੰਡੇ ਦੇ ਨੌਜਵਾਨ ਗੱਭਰੂ ਦੇ ਹਿੱਸੇ ਜੁੜਦਾ ਹੈ। ਗਗਨਦੀਪ ਸਿੰਘ ਗਗਨਾ ਅਗਲੀ ਕਬੱਡੀ ਨਾਲ ਹੀ ਜਲਾਲ ਵਾਰਸਿਸ ਚਾਹੁੰਦੇ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ ਕਿ ਜਲਦੀ ਦੇ ਨਾਲ ਇਹ ਟੀਮਾਂ ਜਿਹੜੀਆਂ ਗਰਾਊਂਡ ਦੇ ਨੇੜੇ ਆ ਜਾਣ। ਜਲਾਲ ਵਾਰਸਿਸ ਚਾਹੁੰਦੇ ਦੀਆਂ ਟੀਮਾਂ ਇਸ ਤੋਂ ਅਗਲਾ ਮੈਚ ਖੇਡਿਆ ਜਾਵੇਗਾ ਜਲਾਲ ਤੇ ਚਾਹੁੰਦੇ ਦੀਆਂ ਟੀਮਾਂ ਦਾ। ਲਓ ਗਗਨਾ ਇੱਕ ਪਾਸੇ ਨੌਜਵਾਨ ਗੱਭਰੂ ਡਰੋਲੀ ਭਾਈ ਪਿੰਡ ਦਾ ਤੇ ਪੁਆਇੰਟ ਜਿਹੜਾ ਇਸ ਸਮੇਂ ਨੌਜਵਾਨ ਭਾਜੀ ਦੇ ਹਿੱਸੇ ਜੁੜਦਾ ਹੋਇਆ ਹੈ। ਚੱਲ ਵੀ ਨੌਜਵਾਨ ਭਾਵੀ ਕਬੱਡੀ ਬਾਬੇ ਫਰੀਦ ਦੀ ਧਰਤੀ ਹੈ, ਦੇਖਦੇ ਵੀ ਜ਼ਿਲ੍ਹੇ ਫਰੀਦਕੋਟ ਦਾ ਪਹਾੜਾ ਪਿੰਡ ਹੈ, ਜਿਹੜੇ ਪਿੰਡ ਦਾ ਜਿੰਦਰ ਕਹਿੰਦੇ ਨੌਜਵਾਨ ਕਨੇਡਾ ਦੇ ਖੇਡ ਮੈਦਾਨਾਂ ਵਿੱਚ ਤਕੜਾ ਖੇਡਿਆ ਹੈ। ਨਾ ਉਸੇ ਹੀ ਪਿੰਡ ਦਾ ਆਹ ਨੌਜਵਾਨ ਗੱਭਰੂ ਕਹਿੰਦੇ ਕਨੇਡਾ ਦੇ ਯੰਗ ਦੀ ਟੀਮ ਨੇ ਖੇਡਿਆ, ਔਰ ਅੱਜ ਕਹਿੰਦੇ ਪੁਲਟ ਦੇ ਨਾਲ ਮਾਨ ਸਨਮਾਨ ਹੋ ਰਹੇ ਹੈ। ਆਜ਼ਾਦ ਕਬੱਡੀ ਕਲੱਬ ਬੈਡਮਿੰਟਨ ਵਾਲੇ ਸਾਡੇ ਸੱਜਣਾਂ ਵੱਲੋਂ ਭਾਰੇ ਪਿੰਡ ਦਾ ਸੇਵਕ ਕਹਿੰਦੇ ਵੀ ਅੱਜ ਦੇ ਖੇਡ ਮੇਲੇ ਵਿੱਚ ਬੁਲਟ ਮਿਲੇਗਾ ਇਸ ਨੌਜਵਾਨ ਕਬੱਡੀ ਖਿਡਾਰੀ ਨੂੰ। ਚੱਲ ਵੀ ਨੌਜਵਾਨ ਭਾਵੀ ਕਬੱਡੀ ਨਿਵਾ ਵਾਲੇ ਪਿੰਡ ਦਾ ਬੇਅੰਤ ਕਹਿੰਦੇ ਮਾਤਰ ਵੈਲੀ ਦੀ ਟੀਮ ਨੇ ਖੇਡਿਆ, ਇਹ
ਇਸ ਸਮੇਂ ਬਾਲੇ ਵਾਲੇ ਜੁਗਰਾਜ ਸਿੰਘ ਬਰਾੜ ਹੋਣਾ ਦੀ ਟੀਮ ਲਈ ਨਾਊਟ ਵਰਗ ਨੂੰ ਕਬੱਡੀ ਪਾ ਰਿਹਾ ਹੈ। ਇਸ ਸਮੇਂ ਨਿਧਾ ਵਾਲੇ ਦੇ ਬੇਅੰਤ ਦੀ ਕਬੱਡੀ ਹੈ, ਬਾਹਰ ਦੇਖਦੇ ਵੀ ਚਾਰ ਜਾਫੀ ਹੈ ਫੱਕਰ ਝੰਡੇ ਪਿੰਡ ਦੇ, ਕੌਣ ਗੱਭਰੂ ਜੱਫਾ ਲਾਉਂਦਾ ਇੱਧਰ ਬੜੇ ਕੀਤੀ ਹੋਈ ਕੋਸ਼ਿਸ਼ ਹੈ। ਇੱਧਰ ਨੀਲਾ ਜੀ ਸਾਡੇ ਵੀਰ ਜੀ ਕੋਚ ਨੇ ਜੋ ਫੱਕਰ ਝੰਡੇ ਦੀ ਟੀਮ ਦੀ ਟੀਮ ਨੂੰ ਲੈ ਕੇ ਪੁੱਜੇ ਹੋਏ ਹੈ, ਉਹਨਾਂ ਦਾ ਵੀ ਧੰਨਵਾਦ ਹੈ। ਲਓ ਹਬੀਬ ਵਾਲਾ ਕਾਲਾ ਦੁਨੀਆ ਦਾ ਸੁਪਰ ਸਟਾਰ ਖਿਡਾਰੀ ਹੈ, ਇਸ ਸਮੇਂ ਕਬੱਡੀ ਪਾ ਰਿਹਾ ਹੈ। ਲਓ ਹਮੀਦੀ ਵਾਲੇ ਕਾਲੇ ਦੀ ਕਬੱਡੀ ਹੈ। ਬਾਈ ਜੀ ਬੇਨਤੀ ਕਰੋ ਟੀਮਾਂ ਨੂੰ, ਜੋ ਵੀ ਆਉਂਦੀਆਂ ਟੀਮਾਂ ਅਨਾਊਂਸ ਕਰੋ ਜੀ, ਜਲਾਲ ਦੀ ਹੈ ਜੋ ਚਾਹੁੰਦੇ ਜਲਾਲ ਤੇ ਚਾਹੁੰਦੇ ਦੀਆਂ ਟੀਮਾਂ ਨੂੰ ਵਾਰ ਵਾਰ ਬੇਨਤੀ ਹੈ। ਲਓ ਕੁਈਆਂ ਵਾਲੇ ਦਾ ਸੁਖਦੇਵ ਔਰ ਕਾਲਾ ਹਮੀਦੀ ਪਿੰਡ ਦਾ ਮਾਰੋ ਦਰਸ਼ਕੋ ਤਾੜੀਆਂ। ਇਸ ਸਮੇਂ ਦੁਨੀਆਂ ਦਾ ਕਹਿੰਦੇ ਵੀ ਸੁਪਰ ਸਟਾਰ ਹੈ ਇੱਕ ਪਾਸੇ, ਲਓ ਪਰ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਜੁੜਦਾ ਹੋਇਆ ਹਮੀਦੀ ਵਾਲਾ ਕਾਲਾ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਜੁੜਦਾ ਹੋਇਆ ਪ੍ਰਦੀਪ ਨਿਧਾ ਵਾਲੇ ਟੀਮਾਂ ਗੱਭਰੂ ਕਬੱਡੀ ਪਾ ਰਿਹਾ ਹੈ। ਜਲਾਲ ਤੇ ਚੌਂਦੇ ਦੀਆਂ ਟੀਮਾਂ ਨੂੰ ਮੇਰੀ ਬੇਨਤੀ ਹੈ, ਜਲਾਲ ਵਾਸੀ ਚੌਂਦੇ ਦੀਆਂ ਟੀਮਾਂ ਇਸ ਤੋਂ ਅਗਲੇ ਮੁਕਾਬਲੇ ਦੇ ਲਈ ਟੀਮਾਂ ਜਿਹੜੀਆਂ ਗਰਾਊਂਡ ਵੱਲ ਆ ਜਾਣ। ਜਲਾਲ ਵਾਸੀ ਚੌਂਦੇ ਦੀਆਂ ਟੀਮਾਂ ਇੱਧਰ ਲੱਭਣੇ ਪ੍ਰਦੀਪ ਨਿਧਾ ਵਾਲੇ ਦੀ ਧਰਤੀ ਦਾ, ਪਰ ਦੂਸਰੇ ਪਾਸੇ ਦੇਖਦੇ ਵੀ ਨੌਜਵਾਨ ਗੱਭਰੂ ਫੱਕਰ ਝੰਡੇ ਪਿੰਡ ਦਾ ਹੈ। ਇੱਧਰ ਲੱਭਣੇ ਪ੍ਰਦੀਪ ਪੁਆਇੰਟ ਲੈ ਕੇ ਗੱਭਰੂ ਵਾਪਸ ਪਰਤਣਾ ਹੋਇਆ ਹੈ। ਚੱਲ ਵੀ ਨੌਜਵਾਨਾਂ ਪਾਵੀ ਕਬੱਡੀ, ਇੱਧਰ ਲੱਭਣੇ ਵੇਖਦੇ ਹੈ ਨੌਜਵਾਨ ਕਬੱਡੀ ਕਬੱਡੀ ਕਰਦਾ ਹੋਇਆ ਕਿ ਕੋਈ ਦੀਪ ਹਿੰਮਤਪੁਰੀ ਦੇ ਨੀਨੇ ਵਰਗਾ ਤੇ ਮੁਦਰੀ ਚ ਜੜੇ ਹੋਏ ਨਗੀਨੇ ਵਰਗਾ, ਮਾੜੀ ਦੇ ਸਿਕੰਦਰ ਜੀ ਤਾਣਾ ਯੋਧਿਆ ਮੇਰ ਤਾਣਾ ਜੁੱਸਾ ਕੁੰਦੇ ਆ ਜਵਾਨ ਦਾ ਪੁੱਤ ਜਿਹੜਾ ਮਾਵਾਂ ਦੇ ਕਬੱਡੀ ਖੇਡਦੇ ਨਾਲ ਚਾਹੋ ਜੇ ਸਾਰੇ ਖਾਨਦਾਨ ਦਾ। ਆਹ ਨੌਜਵਾਨ ਕਹਿੰਦੇ ਟੈਂਪਲ ਦੀ ਟੀਮ ਲਈ ਖੇਡਿਆ, ਕੈਨੇਡਾ ਦੀ ਅਲਬਰਟਾ ਸਟੇਟ ਦੇ ਕਹਿੰਦੇ ਵੀ ਜਾਰਜ ਬਰਾੜ ਦੀ ਟੀਮ ਲਈ, ਜਗਸੀਰ ਸਿੰਘ ਰੇਪਾ ਡਰੋਲੀ ਭਾਈ ਪਿੰਡ ਦਾ, ਇਸ ਸਮੇਂ ਲਾ ਤਕੜਾ ਜਿਹਾ ਜੱਫਾ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਇੱਧਰ ਆਪਣੇ ਗਗਨਦੀਪ ਸਿੰਘ ਗਗੜਾ ਨੌਜਵਾਨ ਕਬੱਡੀ ਖਿਡਾਰੀ ਕਬੱਡੀ ਪਾ ਰਿਹਾ ਹੈ। ਦੂਸਰੇ ਪਾਸੇ ਵੇਖਦੇ ਵੀ ਇੱਕ ਅਲੀ ਤੇ ਹਰਦੇਵ ਹੈ, ਬਾਰੇ ਵਾਲੀਆਂ ਟੋਨਾ ਕਹਿੰਦੇ ਮਾਣ ਕਰਦਾ ਹੈ ਧਲਕਾਂ ਦੇ ਸੁੱਖ ਵਰਗੇ, ਔਗਲਾਂ ਦਾ ਕਮਿੱਕਰ ਆ ਗੱਭਰੂ ਤੇ ਕਹਿੰਦੇ ਮਾਣ ਕਰਦਾ ਹੈ ਹਰਦੇਵ। ਇਸ ਸਮੇਂ ਨੌਜਵਾਨ ਕਹਿੰਦੇ ਵੀ ਆਜ਼ਾਦ ਕਬੱਡੀ ਕਲੱਬ ਐਡਮਿੰਟਰ ਧਲਕਾਂ ਦੀ ਟੀਮ ਲਈ ਖੇਡਦਾ ਹੈ ਪੰਜਾਬ ਦੇ ਕਬੱਡੀ ਕੱਪਾਂ ਤੇ। ਔਰ ਪੁਆਇੰਟ ਚੱਲ ਵੀ ਪਾ ਵੀ ਜਵਾਨਾ ਕਬੱਡੀ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਜੁੜਨਾ ਹੋਇਆ ਹੈ। ਚੱਲ ਵੀ ਜਵਾਨਾ ਪਾ ਵੀ ਕਬੱਡੀ, ਇੱਧਰ ਲੱਭਣੇ ਵੇਖਦੇ ਹੈ ਫੇਰ ਕਬੱਡੀ ਪੈਂਦੀ ਹੈ। ਔਰ ਦੂਸਰੇ ਪਾਸੇ ਨਿਹਰਾ ਵਾਲੀ ਹੈ ਗੱਭਰੂ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਜੁੜਨਾ ਹੋਇਆ ਹੈ। ਆ ਕਾਲੀ ਪਾ ਲੋ ਯਾਰ ਗੂੜੀਆਂ ਕਰ ਦੋ ਲਾਣਾ ਦੀਆਂ ਦਾ ਕੱਖ ਨਹੀਂ ਮੜਾ ਫੇ ਮੜਾ ਕਰੋ ਯਾਰ ਖੇਚਲ ਨਾਲ ਇੱਕ ਵਾਰੀ ਫੇਰ ਮੇਰੀ ਬੇਨਤੀ ਹੈ ਜਲਾਲ ਤੇ ਚਾਹੁੰਦੇ ਦੀਆਂ ਟੀਮਾਂ, ਜਲਾਲ ਵਾਰਸੀ ਜੀ ਚਾਹੁੰਦੇ ਦੀਆਂ ਟੀਮਾਂ ਨੂੰ ਬੇਨਤੀ ਹੈ ਜਲਦੀ ਦੇ ਨਾਲ ਇਹ ਟੀਮਾਂ ਜਿਹੜੀਆਂ ਗਰਾਊਂਡ ਦੇ ਨੇੜੇ ਆ ਜਾਣ। ਜਲਾਲ ਵਾਰਸੀ ਜੀ ਚਾਹੁੰਦੇ ਦੀਆਂ ਟੀਮਾਂ ਇਸ ਤੋਂ ਅਗਲਾ ਮੈਚ ਇਹਨਾਂ ਟੀਮਾਂ ਦਾ ਖੇਡਿਆ ਜਾਵੇਗਾ। ਇੱਧਰ ਬੜੇ ਪੈਂਦੀ ਹੋਈ ਕਬੱਡੀ ਹੈ, ਤਿੰਨ ਤਰੀਕ ਜਿਹੜੀ ਕਹਿੰਦੇ ਸ਼ਕੂਰ ਦੇ ਖੇਡ ਮੇਲੇ ਦੀਆਂ ਤਰੀਕਾਂ ਹੈ। ਲਓ ਇੱਕ ਪਾਸੇ ਬੇਅੰਤ ਹੈ, ਵਾਹ ਨੌਜਵਾਨ ਪੁਆਇੰਟ ਜਿਹੜਾ ਨੌਜਵਾਨ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਹੈ। ਉੱਪਰ ਦਾ 41-31 ਨਾਮ ਹੈ, 3 ਤਰੀਕ ਸ਼ਕੂਰ ਦੀ ਹੈ, 70 ਕਿਲੋ ਦਾ 12 ਤੇ 10 ਹੈ, 45 ਕਿਲੋ ਦਾ 2000 ਤੇ 1500 ਹੈ, 2 ਪਲੇਅਰ ਨੂੰ ਹੋਣੇ ਹੈ, 3 ਨੂੰ ਕਬੱਡੀ ਓਪਨ ਹੈ। ਇੱਧਰਲੇ ਬੰਨੇ ਭਾਣੇ ਵਾਲਾ ਸੇਵਕ ਨੌਜਵਾਨ ਗੱਭਰੂ ਇਸ ਸਮੇਂ ਕਬੱਡੀ ਪਾ ਰਿਹਾ ਹੈ, ਕਹਿੰਦੇ ਵੀ ਪੰਜਾਬ ਦੇ ਕਬੱਡੀ ਕੱਪਾਂ ਤੇ ਸੋਮੇ ਉਹ ਵੀਰ ਆ ਕੇ ਢੋਰੀਆਂ ਬਣਾ ਢੋਰੀਆਂ ਜਮਾਂ ਟੱਟੀਆਂ ਪਈਆਂ।
ਆਲੇ ਲਾਈਨ ਹੈ, ਲਾਈਨ ਬਣਾ ਦੇ। ਸਵਾਲ ਕੀ ਢੇਰੀਆਂ ਬਣਾ ਦੇ ਵਿਚਾਰੜੀ ਲਾਈਨ ਨੂੰ, ਐ ਚਿੱਟਾ ਕਰਦੇ ਫੁੱਲ। ਚੱਲ ਨੌਜਵਾਨ ਕਬੱਡੀ ਪ੍ਰਦੀਪ ਦੇਖਦੇ ਵੀ ਨੌਜਵਾਨ ਗੱਭਰੂ ਡੇਰਾ ਵਾਲੇ ਪਿੰਡ ਦਾ ਇਸ ਸਮੇਂ ਕਬੱਡੀ ਪਾ ਰਿਹਾ ਹੈ ਕਿ ਕੁੜੀਆਂ ਮੈਨੂੰ ਪੁੱਛਣਗੀਆਂ ਕਿੱਥੋਂ ਬਲਾਗਰ ਪਾਈ, ਨਿਖੰਨੇ ਦੇ ਵਿੱਚ ਗੀਤ ਜੋ ਲਿਖਦਾ ਹੈ ਉੱਥੇ ਹੋਈ ਕਰਮਾਈ। ਹੁਣ ਤਾਂ ਝਾਂਜਰ ਅਤੇ ਚੂੜੀ ਦੋਹਾਂ ਦੇ ਵਿੱਚ ਦਵਿੰਦਰ ਦਾ ਦਿਲ ਛੜ ਕੇ ਹੁਣ ਤੈਨੂੰ ਟੱਕਰਾਂਗੇ, ਸੱਜਰੇ ਸ਼ਰੀਕ ਤੇਰੇ ਬਣ ਕੇ। ਹਰਦੇਵ ਫੱਕਰ ਝੰਡੇ ਦੀ ਧਰਤੀ ਦਾ ਗੱਭਰੂ ਲਾ ਤਕੜਾ ਜੱਫਾ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੈ, ਜਲਾਲ ਤੇ ਚਾਹੁੰਦੇ ਦੀ ਇਸ ਤੋਂ ਅਗਲਾ ਮੈਚ ਖੇਡਣ ਦੇ ਲਈ ਗਰਾਊਂਡ ਦੇ ਨੇੜੇ ਆ ਜਾਣ। ਜਲਾਲ ਵਾਰਸੀ ਚਾਹੁੰਦੇ ਦੀ ਟੀਮਾਂ ਉਧਰ, ਸਾਡਾ ਵੀ ਰਾਜੂ ਆਸਟ੍ਰੇਲੀਆ ਵਾਲਾ ਇਧਰ ਨੌਜਵਾਨ ਟੋਲੀ ਭਾਈ ਵਾਲੇ ਰਿੰਪੇ ਦੇ ਜੱਫੇ ਤੋਂ ਖੁਸ਼ ਹੋਏ, 500 ਰੁਪਏ ਦਾ ਮਾਣ ਪਿਆਰ ਭੇਜਦੇ ਹੈ। ਲਓ ਇੱਕ ਪਾਸੇ ਨਿਲਾ ਵਾਲੀਆ ਤੇ ਦੇਖਦੇ ਵੀ ਕਰਮਾ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਹੈ, ਕਹਿੰਦੇ ਚੱਕਰ ਵਾਲੇ ਦੀ ਗੱਲ ਹੈ। ਚੱਲ ਵੀ ਨੌਜਵਾਨ ਭਾਵੀ ਕਬੱਡੀ ਜਲਾਲ ਦੀ ਟੀਮ ਪੁੱਜ ਗਈ, ਚਾਹੁੰਦਾ ਆਇਓ ਮੇਰੇ ਵੀ ਹੱਥ ਖੜਾ ਕਰ ਦਿਓ, ਠੀਕ ਹੈ ਮਿਹਰਬਾਨੀ। ਜਲਾਲ ਤੇ ਚਾਹੁੰਦੇ ਦੀਆਂ ਟੀਮਾਂ ਦਾ ਇਸ ਤੋਂ ਅਗਲਾ ਮੈਚ ਜਿਹੜਾ ਖੇਡਿਆ ਜਾਵੇਗਾ, ਇਹ ਵੀ ਬੜਾ ਤਕੜਾ ਮੁਕਾਬਲਾ ਹੈ। ਇਸ ਸਮੇਂ ਪੈਂਦੀ ਹੋਈ ਕਬੱਡੀ ਖੇਡ ਮੈਦਾਨ ਦੇ ਅੰਦਰ ਨੌਜਵਾਨ ਗੱਭਰੂ ਵੇਖਦੇ ਵੀ ਗਗਨਦੀਪ ਸਿੰਘ ਗਗਰਾ ਡੋਲੀ ਭਾਈ ਪਿੰਡ ਹੈ, ਪਰ ਦੂਸਰੇ ਪਾਸੇ ਫੱਕਰ ਝੰਡੇ ਪਿੰਡ ਦਾ ਨੌਜਵਾਨ ਪੂਰੀ ਕੋਸ਼ਿਸ਼ ਕਰਦਾ ਹੈ। ਉੜਦੀਆਂ ਦੇਖ ਲੈ ਧੂੜਾ ਮਿੱਤਰਾ ਵਿੱਚ ਮੈਦਾਨਾਂ ਦੇ ਤੇ ਪਰਖੇ ਜਾਂਦੇ ਅਗਰੇ ਯਾਰੋ ਚੋਰ ਜਵਾਨਾਂ ਦੇ। ਭਾਣੇ ਪਿੰਡ ਦਾ ਸੇਵਕ ਸਿੰਘ ਕਹਿੰਦੇ ਕਨੇਡਾ ਦੇ ਵਿੱਚ ਯੰਗ ਦੀ ਟੀਮ ਲਈ ਖੇਡਿਆ, ਪਰ ਅੱਜ ਕੱਲ੍ਹ ਕਹਿੰਦੇ ਘੱਲਾਂ ਵਾਲੇ ਸੁਖੋੜਾ ਦੀ ਟੀਮ ਲਈ। ਸਾਰੇ ਜਿੱਥੇ ਜਾਫੀ ਖੜਦੇ ਆ ਇਹ ਦੋਨੇ ਪਾਸੇ, ਇੱਥੇ ਵੀ ਗਲੀ ਪਾ ਦੇ ਜਿੱਥੇ ਸਟੋਪਰ ਖੜਦੇ ਆ ਨਾ ਦੋਨੇ ਪਾਸੇ। ਹਲੋ ਵੀਰਾ ਰੈਫਰੀਆਂ ਨੇ ਸਾਹ ਲਾਇਆ ਕਿਸੇ ਨੇ ਪਲੇਅਰ ਨੇ ਰੈਫਰੀ ਦਾ ਮੈਚ ਨਹੀਂ ਕਰਨੇ, ਅਸੀਂ ਸਾਹ ਲਾ ਗਏ ਫਿਰ ਰੈਫਰੀ ਗਰਾਊਂਡ ਵਾਲੇ ਆ ਕਹਿਣੇ ਰੈਫਰੀ ਦਾ ਫੈਸਲਾ ਟਾਲੀ ਹੋਊਗਾ ਬਈ। ਕੋਈ ਵੀ ਵੀਰ ਰੈਫਰੀ ਨਾਲ ਜੁੜਨ ਦੀ ਕੋਸ਼ਿਸ਼ ਨਾ ਕਰੇ, ਅਸੀਂ ਬਾਬੇ ਜਗ੍ਹਾ ਤੋਂ ਲੈ ਕੇ ਸਾਹ ਪਾਈ ਆ, ਜੋ ਰੈਫਰੀ ਦਾ ਕਰਨ ਤੋਂ ਗਰਾਊਂਡ ਤੋਂ ਕਰੂਗਾ ਟੂਰਨਾਮੈਂਟ ਕਰਾਇਆ ਕਰ ਦਿਆਂਗੇ। ਚੱਲ ਵੀ ਭਾਵੀ ਨੌਜਵਾਨ ਕਬੱਡੀ ਇਸ ਸਮੇਂ ਦੇਖਦੇ ਵੀ ਬੇਅੰਤ ਸਿੰਘ ਨੇਰਾ ਵਾਲੇ ਦੀ ਧਰਤੀ ਦਾ ਪਹਿਲਾ ਨੌਜਵਾਨ ਕਹਿੰਦੇ ਵੀ ਦਸ਼ਮੇਸ਼ ਕਬੱਡੀ ਕਲੱਬ ਕੈਲਗਰੀ ਦੀ ਟੀਮ ਲਈ ਖੇਡਿਆ, ਫਿਰ ਨੌਜਵਾਨ ਕਹਿੰਦੇ ਵੀ ਮਾਤਰ ਵੈਲੀ ਦੀ ਟੀਮ ਲਈ ਖੇਡਿਆ। ਮੇਜਰ ਸਿੰਘ ਬਰਾੜ ਜਿਸ ਅਲਬਾਤਾ ਦੀ PSC ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਹੈ, ਪਰ ਆਹ ਦੇਖਦੇ ਵੀ ਨੌਜਵਾਨ ਇਸ ਸਮੇਂ ਘੱਲਾਂ ਵਾਲੇ ਸੁੱਖ ਦੀ ਟੀਮ ਲਈ ਖੇਡਦਾ ਹੈ, ਬਾਰੇ ਵਾਲੇ ਟੋਨੇ ਹੋਣਾ ਦੀ ਟੀਮ ਲਈ। ਹਰਦੇਵ ਸਿੰਘ ਫੱਕਰ ਝੰਡੇ ਦੀ ਟੀਮ ਦਾ ਨੌਜਵਾਨ ਗੱਭਰੂ ਕਹਿੰਦੇ ਵੀ ਆਜ਼ਾਦ ਕਬੱਡੀ ਕਲੱਬ ਅਡਮਿੰਦਰ ਢਾਲਕਾ ਦੀ ਟੀਮ ਦਾ ਨੌਜਵਾਨ ਸੁਪਰ ਸਟਾਰ ਜਾਫੀ ਹੈ, ਪਰ ਇਸ ਸਮੇਂ ਹਮੀਦੀ ਵਾਲਾ ਆਹ ਵੀ ਨੌਜਵਾਨ ਕਹਿੰਦੇ ਉਸੇ ਹੀ ਟੀਮ ਲਈ ਖੇਡਦਾ ਹੈ। ਹਮੀਦੀ ਵਾਲਾ ਕਾਲਾ ਦੇਖ ਰਹੇ ਵੀ ਇਸ ਸਮੇਂ ਕਬੱਡੀ ਪਾ ਰਿਹਾ ਹੈ, ਪਰ ਦੂਸਰੇ ਪਾਸੇ ਕਹਿੰਦੇ ਵੀ ਪ੍ਰਸਿੱਧ ਖੇਡ ਪ੍ਰਮੋਟਰ ਦਾ ਪਿੰਡ ਹੈ ਭੂਈਆਂ ਵਾਲਾ ਪਿੰਡ, ਕਹਿੰਦੇ ਕੇਵਲ ਦਾ ਪਿੰਡ ਹੈ ਹੇਜ ਕਬੱਡੀ ਕਲੱਬ ਵਾਲੇ ਦਾ। ਇਸ ਵੇਲੇ ਸੁਖਦੇਵ ਕੋਸ਼ਿਸ਼ ਕਰਦਾ ਹੈ, ਪਰ ਪੁਆਇੰਟ ਜਿਹੜਾ ਨੌਜਵਾਨ ਧਾਵੀ ਦੇ ਹਿੱਸੇ ਜੁੜਦਾ ਹੋਇਆ ਹੈ। ਨਾਲ ਹੀ ਇਧਰਲੇ ਬਣੇ ਵੇਖਦੇ ਵੀ 29 ਤੇ 30 ਤਰੀਕ ਜਿਹੜੀ ਪਿੰਡ ਪਤਲੀ ਦੇ ਖੇਡ ਮੇਲੇ ਦੀਆਂ ਤਰੀਕਾਂ ਹੈ, ਕਬੱਡੀ ਓਪਨ ਦਾ 31 ਇਨਾਮ ਹੈ, 20 ਕਿਲੋ 32 ਕਿਲੋ ਤੇ ਵਾਲੀਬਾਲ ਦੇ ਮੁਕਾਬਲੇ ਕਰਵਾਏ ਜਾਣੇ ਹੈ। 29 ਤੇ 30 ਤਰੀਕ ਪਿੰਡ ਪਤਲੀ ਦੇ ਖੇਡ ਮੇਲੇ ਦੀਆਂ ਤਰੀਕਾਂ ਹੈ। ਇਹ ਸਮੇਂ ਪ੍ਰਦੀਪ ਸਿੰਘ ਗੱਭਰੂ ਕਬੱਡੀ ਪਾ ਰਿਹਾ ਹੈ, ਵਾਹ ਨਹੀਂ ਰੀਸਾ, ਇੱਕ ਪਾਸੇ ਪ੍ਰਦੀਪ ਹੈ ਔਰ ਦੂਸਰੇ
ਪਾਸੇ ਵੇਖਦੇ ਵੀ ਨੌਜਵਾਨ ਜਾਫੀ ਇਧਰਲੇ ਬੰਨੇ ਪੁੱਤਰ ਝੰਡੇ ਦੀ ਧਰਤੀ ਦਾ ਵਾਏ ਇਧਰਲੇ ਬੰਨੇ ਸ਼ੇਰਾ ਪੁਆਇੰਟ ਜਿਹੜਾ ਇਸ ਸਮੇਂ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਬੜਾ ਤਕੜਾ ਮੁਕਾਬਲਾ ਨਾਲ ਹੀ ਚਾਹੁੰਦਾ ਤੇ ਜਲਾਲ ਦੀਆਂ ਟੀਮਾਂ ਇਸ ਤੋਂ ਅਗਲੇ ਮੁਕਾਬਲੇ ਦੇ ਲਈ ਗਰਾਊਂਡਾਂ ਵੱਲ ਆ ਜਾਣ ਜਲਾਲ ਵਾਰਸੀ ਚ ਚਾਹੁੰਦੇ ਦੀਆਂ ਟੀਮਾਂ ਇਸ ਤੋਂ ਅਗਲਾ ਮੈਚ ਖੇਡਿਆ ਜਾਵੇਗਾ ਇਧਰਲੇ ਬੰਨੇ ਪੈਂਦੀ ਹੋਈ ਕਬੱਡੀ ਹੈ ਖੇਡ ਮੈਦਾਨ ਦੇ ਅੰਦਰ ਔਰ ਸੁਖਦੇਵ ਸਿੰਘ ਗੁਈਆਂ ਵਾਲੇ ਪਿੰਡ ਦਾ ਕੋਸ਼ਿਸ਼ ਕਰਦਾ ਹੈ ਪੁਆਇੰਟ ਜਿਹੜਾ ਨੌਜਵਾਨ ਧਾਦੀ ਦੇ ਹਿੱਸੇ ਜੁੜਦਾ ਹੋਇਆ ਹੈ ਚੱਲ ਵੀ ਜਵਾਨਾ ਗਗਨਦੀਪ ਸਿੰਘ ਗਗਨਾ ਇਸ ਸਮੇਂ ਕਹਿੰਦੇ ਵੀ ਟੋਲੀ ਭਾਈ ਪਿੰਡ ਹੈ ਗਰੇਵਾਲ ਭਾਵਾਂ ਨੇ ਤਕੜੀ ਕਬੱਡੀ ਖੇਡੀ ਹੈ ਉਧਰ ਗੋਰੇ ਵਰਗੇ ਕੈਸੇ ਵਰਗੇ ਸਾਡੇ ਸਤਿਕਾਰਯੋਗ ਵੀਰ ਹੈ ਹਾਂਗਕਾਂਗ ਦੇ ਵਿੱਚ ਬੈਠੇ ਹੈ ਇਧਰ ਲਾਈਵ ਮੈਚਾਂ ਨੂੰ ਦੇਖ ਰਹੇ ਹੈ ਔਰ ਦੇਖਦੇ ਹੈ ਵੀ ਭਾਈ ਵੀ ਕਬੱਡੀ ਹੈ ਨੌਜਵਾਨ ਇਸ ਸਮੇਂ ਗਗਨਾ ਗੋਲੀ ਭਾਈ ਪਿੰਡ ਦਾ ਕਬੱਡੀ ਪਾ ਰਿਹਾ ਹੈ ਪਰ ਦੂਸਰੇ ਪਾਸੇ ਦੇਖਦੇ ਵੀ ਨੌਜਵਾਨ ਗੱਭਰੂ ਪੂਰੀ ਕੋਸ਼ਿਸ਼ ਕਰਦਾ ਹੈ ਤੇ ਪੁਆਇੰਟ ਜਿਹੜਾ ਨੌਜਵਾਨ ਰੇਡਰ ਦੇ ਹਿੱਸੇ ਜੁੜਦਾ ਹੋਇਆ ਚੱਲ ਵੀ ਜਵਾਨਾ ਵਾਹ ਇਧਰ ਬਣੇ ਕਰਮਾ ਅਗਲੀ ਕਬੱਡੀ ਖੇਡ ਮੈਦਾਨ ਦੇ ਅੰਦਰ ਵੇਖਦੇ ਵੀ ਪੈਂਦੀ ਹੋਈ ਕਬੱਡੀ ਹੈ ਚੌਂਦਾ ਤੇ ਜਲਾਲ ਦੀਆਂ ਟੀਮਾਂ ਦਾ ਮੈਚ ਵੀ ਬੜਾ ਤਕੜਾ ਹੋਵੇਗਾ ਮੇਰਾ ਵੀਰ ਬੂਟਾ ਉਮਰੀ ਜਾਣਾ ਉਹ ਵੀ ਤਿਆਰੀ ਖਿੱਚੇ ਇਧਰਲੇ ਬੰਨੇ ਪੈਂਦੀ ਹੋਈ ਰੇਡ ਹੈ ਨਹੀਂ ਰੀਸਾਂ ਦੇਖਦੇ ਵੀ ਇਸ ਸਮੇਂ ਪੈਂਦੀਆਂ ਕਬੱਡੀਆਂ ਔਰ ਰੇਬਾ ਡੋਲੀ ਭਾਈ ਪਿੰਡ ਦਾ ਤੇ ਲਓ ਹਲਕਾ ਜਿਹਾ ਟੱਚ ਹੈ ਪੁਆਇੰਟ ਜਿਹੜਾ ਨੌਜਵਾਨ ਰੇਡਰ ਦੇ ਇਧਰ ਰਾਜੂ ਆਸਟ੍ਰੇਲੀਆ ਜੀ ਸਾਡੇ ਸਤਿਕਾਰਯੋਗ ਵੀਰ ਹੈ ਵੱਡੇ ਮਾਨ ਪਿਆਰ ਰੇਪੇ ਦੇ ਲਈ ਭੇਜਦੇ ਹੈ ਲਓ ਇਸ ਸਮੇਂ ਪਿਆਪ ਹੈ ਨੀਲਾ ਵਾਲਾ ਪਿੰਡ ਹੈ ਨੌਜਵਾਨ ਕਬੱਡੀ ਖਿਡਾਰੀ ਦਾ ਲਓ ਦੇਖਦੇ ਵੀ ਬੜੇ ਹੀ ਠੰਡੇ ਜਿਹੇ ਸੁਭਾਅ ਦਾ ਮਾਲਕ ਹੈ ਪਰ ਇਸ ਸਮੇਂ ਪੁਆਇੰਟ ਜਿਹੜਾ ਨੌਜਵਾਨ ਨੀਲਾ ਵਾਲੇ ਦਾ ਬੇਅੰਤ ਇਸ ਸਮੇਂ ਆਪਣੀ ਟੀਮ ਦੇ ਹਿੱਸੇ ਇਧਰ ਗਗੜੇ ਦੇ ਲਈ ਸਾਡੇ ਵੀਰ ਰਾਜੂ ਆਸਟ੍ਰੇਲੀਆ ਜੀ ਵੱਡੇ ਮਾਨ ਪਿਆਰ ਭੇਜਦੇ ਹੈ ਚੱਲ ਵੀ ਜਵਾਨਾ ਭਾਰਤੀ ਕਬੱਡੀ ਪੰਜਾਬ ਲਾਈਵ ਆਨ ਵੈਬਸਾਈਟ ਦੇ ਜ਼ਰੀਏ ਪੂਰੀ ਦੁਨੀਆ ਭਰ ਦੇ ਵਿੱਚ ਅੱਜ ਦਾ ਲਾਈਵ ਦਿਖਾਇਆ ਜਾ ਰਿਹਾ ਖੇਡ ਮੇਲਾ ਮਾਛੀ ਕੁਬਰੇ ਦੇ ਖੇਡ ਮੈਦਾਨ ਦੇ ਵਿੱਚ ਲੱਗੀਆਂ ਹੋਈਆਂ ਰੌਣਕਾਂ ਹੈ ਲਓ ਇੱਕ ਪਾਸੇ ਨਿਲਾ ਵਾਲੀਆਂ ਪਰ ਦੂਸਰੇ ਪਾਸੇ ਨੌਜਵਾਨ ਫੱਕਰ ਝੰਡੇ ਪਿੰਡ ਦਾ ਇਸ ਸਮੇਂ ਤੇਜ਼ ਤਰਾਰ ਹੈ ਧਾਵੀ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜ ਰਿਹਾ ਹੈ ਚੱਲ ਵੀ ਨੌਜਵਾਨ ਭਾਰਤੀ ਕਬੱਡੀ 25-1 ਕਹਿੰਦੇ ਵੀ ਜੀਰੇ ਦੇ ਬਿਲਕੁਲ ਲਾਗੇ ਪਿੰਡ ਹੈ ਜਰਨਾਲੇ ਦੇ ਖੇਡ ਮੇਲੇ ਦੀਆਂ ਤਰੀਕਾਂ ਨੇ ਆਓ ਫਿਰ ਇਧਰਲੇ ਬੰਨੇ ਪੈਂਦੀ ਹੋਈ ਕਬੱਡੀ ਹੈ ਗਗਨਾ ਕਬੱਡੀ ਕਬੱਡੀ ਕਰਦਾ ਹੋਇਆ ਔਰ ਦੇਖਦੇ ਵੀ ਨੀਲਾ ਇਸ ਸਮੇਂ ਫੱਕਰ ਝੰਡੇ ਪਿੰਡ ਦਾ ਗੱਭਰੂ ਕੋਸ਼ਿਸ਼ ਕਰਦਾ ਹੈ ਲਓ ਇੱਕ ਪਾਸੇ ਗਗਨਾ ਕੀਤੀ ਹੋਈ ਕੋਸ਼ਿਸ਼ ਹੈ ਤੇ ਪੁਆਇੰਟ ਜਿਹੜਾ ਨੌਜਵਾਨ ਰੇਡਰ ਦੇ ਹਿੱਸੇ ਜੁੜਦਾ ਹੋਇਆ ਚੱਲ ਵੀ ਜਵਾਨਾ ਪਾ ਵੀ ਕਬੱਡੀ ਇਧਰਲੇ ਬੰਨੇ ਫਿਰ ਕਬੱਡੀ ਭਾਣੇ ਪਿੰਡ ਦਾ ਸੇਵਕ ਦੇਖਦੇ ਵੀ ਨੌਜਵਾਨ ਕਬੱਡੀ ਪਾ ਰਿਹਾ ਹੈ ਇਧਰਲੇ ਬੰਨੇ ਭਾਣੇ ਵਾਲਾ ਸੇਵਕ ਸਿੰਘ ਕਦੇ ਦੇਖਦੇ ਵੀ ਸ਼ੇਰਪੁਰੀਏ ਦੀਆਂ ਗੱਲਾਂ ਹੁੰਦੀਆਂ ਇਧਰਲੇ ਬੰਨੇ ਭਾਈ ਵੀ ਕਬੱਡੀ ਹੈ ਅੱਜ ਦੇ ਕਹਿੰਦੇ ਖੇਡ ਮੇਲੇ ਦੇ ਵਿੱਚ ਬੁਲਟ ਨਾਲ ਮਾਨ ਸਨਮਾਨ ਹੋਏ ਹੈ ਨੌਜਵਾਨ ਦੇ ਯਾਦ ਕਬੱਡੀ ਕਲੱਬ ਬੈਡਮਿੰਟਨ ਦੀ ਟੀਮ ਵੱਲੋਂ ਪਰ ਦੂਸਰੇ ਪਾਸੇ ਕਹਿੰਦੇ ਵੀ ਨੌਜਵਾਨ ਕੈਨੇਡਾ ਦੇ ਖੇਡ ਮੈਦਾਨਾਂ ਵਿੱਚ ਤਕੜਾ ਪ੍ਰਦਰਸ਼ਨ ਕੀਤਾ ਹੈ ਪਰ ਇਸ ਸਮੇਂ ਤੇ ਪੁਆਇੰਟ ਜਾਫੀਆਂ ਦਾ ਪੁਆਇੰਟ ਜਾਫੀਆਂ ਦਾ ਹੈ ਇਸ ਸਮੇਂ 30 ਸੈਕਿੰਡ ਦੇ ਸਾਥ ਜਿਹੜਾ ਜਾਫੀਆਂ ਨੂੰ ਦਿੱਤਾ ਹੈ ਚੱਲ ਵੀ ਜਵਾਨ ਪਾ ਵੀ ਕਬੱਡੀ ਔਰ ਇਧਰ ਆਪਣੇ ਬੇਅੰਤ ਨੀਲਾ ਵਾਲੇ ਪਿੰਡ ਦਾ ਦੇਖ ਰਹੀ ਵੀ ਦੁਨੀਆ ਦਾ ਸੁਪਰ ਸਟਾਰ ਖਿਡਾਰੀ ਹੈ ਵੀ ਗੋਰੇ ਨਿਸ਼ੋਰੇ ਰੰਗ ਦੇ ਵਿੱਚ ਕਬੱਡੀ ਪਾ ਰਿਹਾ ਹੈ ਡਬਲ ਟੱਚ ਹੈ ਪੁਆਇੰਟ ਰੇਡਰ ਦੇ ਹਿੱਸੇ ਜੁੜਦਾ ਹੋਇਆ ਲਓ ਇਧਰ ਸਕੂਲ ਵਾਲਾ ਸ਼ਿੰਦਾ ਕਬੱਡੀ ਦੇ ਟਰੈਕ ਦੇ ਗੇੜੇ ਲਾ ਰਿਹਾ ਹੈ ਉਧਰ ਨੌਜਵਾਨ ਰੁਕ ਜਾਵੇ ਮੈਚ ਸਮਾਪਤ ਹੋ ਜਾਂਦੇ ਕੋਈ ਗੱਲ ਨੀ ਆਪਣੇ ਕੋਲ ਟਾਈਮ ਹੈ ਇਹ ਮੈਚ ਸਮਾਪਤ ਹੋਣ ਵਾਲਾ ਹੈ
ਇੱਧਰ ਆਪਣੇ ਵੇਖ ਰਹੇ ਵੀ ਹਮੀਦੀ ਵਾਲਾ ਗੱਭਰੂ ਕਬੱਡੀ ਪਾ ਰਿਹਾ ਹੈ, ਕਾਲਾ ਆਇਸ ਦੇ ਖੇਡ ਮੈਦਾਨ ਦੇ ਅੰਦਰ ਹਮੀਦੀ ਪਿੰਡ ਹੈ, ਨੌਜਵਾਨ ਕਬੱਡੀ ਖਿਡਾਰੀ ਦਾ ਔਰ ਦੇਖਦੇ ਵੀ ਕੀਤਾ ਹੋਇਆ ਟੱਚ ਹੈ। ਲੋ ਇਸ ਸਮੇਂ ਹਮੀਦੀ ਵਾਲਾ ਕਾਲਾ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਦੇ ਵਿੱਚ ਜੋੜਦਾ ਹੋਇਆ, ਜਲਾਲ ਤੇ ਚੌਂਦੇ ਦੀਆਂ ਟੀਮਾਂ ਦਾ ਇਸ ਤੋਂ ਅਗਲਾ ਮੈਚ ਜਿਹੜਾ ਉਹ ਵੀ ਬੜਾ ਤਕੜਾ ਖੇਡਿਆ ਜਾਵੇਗਾ ਖੇਡ ਮੈਦਾਨ ਦੇ ਅੰਦਰ। ਚੱਲ ਵੀ ਨੌਜਵਾਨਾਂ ਭਾਵੀ ਕਬੱਡੀ ਕਿ ਖੇਡ ਖੇਡਾਂ ਵਿੱਚੋਂ ਵੱਡੀ ਜਿਹਨੂੰ ਆਖਦੇ ਕਬੱਡੀ ਖੇਡੀ ਜਾਂਦੀ ਇਹ ਲਾ ਕੇ ਪੂਰਾ ਤਾਰ ਨਿਕਲੋ ਤੇ ਕਾਉਟੀ ਭੰਗੜਾ ਪੰਜਾਬੀਆਂ ਦੀ ਸ਼ਾਨ ਨਿਕਲੋ। ਲਓ ਹਰਦੇਵ ਫੱਕਰ ਝੰਡੇ ਪਿੰਡ ਦਾ ਇੱਧਰ ਆਪਣੇ ਪੁਆਇੰਟ ਜਿਹੜਾ ਜਾਫੀਆਂ ਦੇ ਹਿੱਸੇ ਜੁੜਦਾ ਹੋਇਆ ਹੈ। ਇਸੇ ਨਾਲ ਮੁਕਾਬਲਾ ਜਿਹੜਾ ਸਮਾਪਤ ਹੋ ਗਿਆ ਹੈ। ਚੱਲਦੇ ਹੋਏ ਮੈਚ ਦੇ ਵਿੱਚ ਨਿਵਾ ਵਾਲੇ ਦੇ ਪੁਆਇੰਟ ਨੇ 17, ਨਿਵਾ ਵਾਲਾ 17 ਪੁਆਇੰਟ ਹੈ ਔਰ ਫੱਕਰ ਝੰਡੇ ਦੇ 20.5 ਪੁਆਇੰਟ ਹੈ। 20.5 ਤੇ 17 ਦੇ ਮੁਕਾਬਲੇ ਫੱਕਰ ਝੰਡੇ ਦੀ ਟੀਮ ਜਿਹੜੀ ਜਿੱਤ ਰਹੀ ਹੈ। ਉਧਰ ਬੁੱਟਰ ਵਾਲਾ ਨੌਜਵਾਨ ਦੇਖ ਰਹੇ ਵੀ ਇੱਧਰ ਸਟੇ ਗਰਾਊਂਡ ਦੇ ਵਿੱਚ ਬੈਂਚ ਪ੍ਰੈਸ ਲਾ ਕੇ ਦਿਖਾ ਰਿਹਾ ਹੈ। 70 ਕਿਲੋ ਭਾਰਤੀ ਲੋ ਵੀ ਇੱਧਰ ਪੋਲੀਓ ਦਾ ਸ਼ਿਕਾਰ ਹੈ। ਇੱਧਰ ਆਪਣੇ ਵੇਖ ਲਿਆ ਉਹ ਵੀ ਤਾੜੀਆਂ ਮਾਰਦੇ ਇਸ ਨੌਜਵਾਨ ਦੇ ਨਾਂ ਤੇ ਵੀ ਕਹਿੰਦੇ ਵਕੀਲਾਂ ਵਾਲੇ ਦੇ ਸੋਨੀ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾਣਾ ਬਰਨਾਲੇ ਦੇ ਖੇਡ ਮੇਲੇ ਦੇ ਵਿੱਚ। ਲੋ ਇੱਧਰ ਦੇ ਬੰਨੇ ਵੇਖਦੇ ਵੀ ਨੌਜਵਾਨ ਬੁੱਟਰ ਵਾਲਾ ਬੈਂਚ ਪ੍ਰੈਸ ਲਾ ਕੇ ਦਿਖਾ ਰਿਹਾ ਹੈ। ਹੁਣ ਦਰਸ਼ਕਾਂ ਦੀ ਕਚਹਿਰੀ ਵਿੱਚ ਚੱਕਰ ਲਾਵੇਗਾ, ਸਾਰਿਆਂ ਨੇ ਮਾਣ ਪਿਆਰ ਬਖਸ਼ਣਾ ਹੈ। ਨਾਲ ਹੀ ਮੇਰਾ ਵੀ ਬੂਟਾ ਉਗਰੀ ਜਾਣਾ ਉਹ ਵੀ ਗਰਾਊਂਡ ਵੱਲ ਆ ਜਾਵੇ। ਇਸ ਸਮੇਂ ਜਲਾਲ ਵਰਸੀ ਬਰਨਾਲੇ ਦੀਆਂ ਟੀਮਾਂ ਦਾ ਮੁਕਾਬਲਾ ਜਿਹੜਾ ਗਰਾਊਂਡ ਦੇ ਵਿਚਕਾਰ ਸਟਾਰਟ ਕਰਵਾਇਆ ਜਾ ਰਿਹਾ ਹੈ। ਜਲਾਲ ਵਰਸੀ ਬਰਨਾਲਾ ਚੌਂਦੇ ਦੀਆਂ ਟੀਮਾਂ ਜੀ, ਚੌਂਦਾ ਵਰਸੀ ਜਲਾਲ ਕੱਢਣ ਗਿਆ। ਲਓ ਇਸ ਸਮੇਂ ਮੁਕਾਬਲਾ ਜਿਹੜਾ ਖੇਡ ਮੈਦਾਨ ਦੇ ਵਿਚਕਾਰ ਸਟਾਰਟ ਕਰਵਾਇਆ ਜਾ ਰਿਹਾ ਹੈ। ਦਰਸ਼ਕ ਵੀਰੋ ਪਾਸੇ ਕਰ ਲਓ ਨੋਟ, ਜਲਾਲ ਦੀ ਟੀਮ ਜਿਹੜੀ ਇਹ ਟੀਮ ਆ ਗਈ ਇੱਧਰ ਸਟੇਜ ਵਾਲੇ ਪਾਸੇ। ਹੈਲੋ ਸਟੇਜ ਵਾਲੇ ਪਾਸੇ ਇੱਕ ਮਿੰਟ ਹੋਰ, ਆ ਟੀਮਾਂ ਦਾ ਇੱਕ ਪਲੇਅਰ ਸਾਡੇ ਕੋਲੇ ਪਹੁੰਚੋ, ਅਸੀਂ ਟਾਈਮਾਂ ਕੱਢਣ ਲੱਗੇ ਹਾਂ। ਟੀਮਾਂ ਦਾ ਇੱਕ ਪਲੇਅਰ 5 ਮਿੰਟ ਦੇ ਅੰਦਰ ਅੰਦਰ ਜਿਹੜੇ ਸਾਡੇ ਵੀਰੇ ਤੇ ਕੋਠੇ ਉੱਪਰ ਖੜੇ ਆ। ਇੱਧਰ ਨੈੱਟ ਵਾਲਿਆਂ ਦਾ ਵੀ ਟਾਵਰ ਲੱਗਾ ਹੋਇਆ, ਇਹਨੂੰ ਮੇਰੇ ਵੀਰ ਹੱਥ ਨਾ ਪਾਵੇ, ਹੱਥ ਬੰਨ ਕੇ ਬੇਨਤੀ ਹੈ। ਬਲਵਾਗ ਆ ਟੀਮਾਂ ਦਾ ਪਲੇਅਰ 2 ਮਿੰਟ 5 ਮਿੰਟ 'ਚ ਪਹੁੰਚੇ, ਟਾਈਮਾਂ ਕਮਾਉਣੀਆਂ। ਜੇਤੂ ਟੀਮਾਂ ਦਾ ਇੱਕ ਇੱਕ ਪਲੇਅਰ, ਸਾਰੀਆਂ ਹੀ ਟੀਮਾਂ ਦਾ ਇੱਕ ਇੱਕ ਪਲੇਅਰ ਸਟੇਜ ਦੇ ਨੇੜੇ ਪਹੁੰਚ ਜਾਵੇ। ਸਾਡੇ ਸੱਜਣ ਟਾਈਆਂ ਪਾਉਣ ਜਾ ਰਹੇ ਹੈ। ਇਸ ਸਮੇਂ ਜਲਾਲ ਦੀ ਟੀਮ ਸਟੇਜ ਵਾਲੇ ਪਾਸੇ, ਦੂਸਰੇ ਪਾਸੇ ਟੀਮ ਜਿਹੜੀ ਚੌਂਦੇ ਪਿੰਡ ਦੀ ਹੈ। ਲਓ ਦੇਖਦੇ ਵੀ ਜਲਾਲ ਵਾਲਾ ਨੌਜਵਾਨ ਇਸ ਸਮੇਂ ਕਬੱਡੀ ਪਾ ਰਿਹਾ ਹੈ। ਖੇਡ ਮੈਦਾਨ ਦੇ ਅੰਦਰ ਪਾਈ ਹੋਈ
ਸਾਡੀ ਕਬੱਡੀ ਹੈ। ਔਰ ਚੌਂਦੇ ਪਿੰਡ ਦੇ ਚਾਰ ਨੌਜਵਾਨ ਜਾਫੀ ਦੇਖਦੇ ਵੀ ਕੌਣ ਜੱਫਾ ਲਾਵੇਗਾ। ਇਧਰਲੇ ਪਿੰਡ ਪੈਂਦੀ ਫਿਰ ਕਬੱਡੀ ਹੈ ਕਿ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਤੇ ਦੇਖਦਾ ਜ਼ਮਾਨਾ ਸਾਰਾ ਖੜ ਖੜ ਕੇ। ਇਧਰਲੇ ਪਿੰਡ ਗਗੜਾ ਅਗਲੀ ਕਬੱਡੀ ਦੇਖਦੇ ਵੀ ਨੌਜਵਾਨ ਇਸ ਸਮੇਂ ਗੱਭਰੂ ਖੇਡ ਮਲਾਰ ਦੇ ਅੰਦਰ ਕਬੱਡੀ ਪਾ ਰਿਹਾ ਹੈ। ਲਓ ਦੇਖਦੇ ਗੱਜ ਦੀ ਚੌੜੀ ਛਾਤੀ ਹੈ ਨੌਜਵਾਨ ਗੱਭਰੂ ਦੀ। ਔਰ ਦੂਸਰੇ ਪਾਸੇ ਗੁਰਸ਼ਰਨ ਸਿੰਘ ਬਾਲਾ ਖਾਈ ਪਿੰਡ ਦਾ ਤੇ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਜੁੜਦਾ ਹੋਇਆ ਹੈ। ਚੱਲ ਵੀ ਨੌਜਵਾਨਾਂ ਪਾ ਵੀ ਕਬੱਡੀ ਇਸ ਸਮੇਂ ਕਹਿੰਦੇ ਕਲੀਆਂ ਦੇ ਪਾਤਸ਼ਾਹ ਕੁਲਦੀਪ ਮਾਨਕੜਾ ਪਿੰਡ ਹੈ ਜਲਾਲ, ਕਹਿੰਦੇ ਵੀ ਅਜਮੇਰ ਜਲਾਲ ਨੂੰ ਦੁਨੀਆਂ ਜਾਣਦੀ ਹੈ, ਬੱਬੂ ਦੁਨੀਆਂ ਦਾ ਸੁਪਰ ਸਟਾਰ ਖਿਡਾਰੀ ਹੈ। ਗੁਰਪਿੰਦਰ ਸੋਹਣੇ ਬੋਲ ਬੋਲਦਾ ਮਾਈਕ ਉੱਪਰ, ਪਰ ਇਸ ਸਮੇਂ ਗੁਰਮਨ ਜਲਾਲ ਪਿੰਡ ਦਾ ਨੌਜਵਾਨ ਗੱਭਰੂ ਇਸ ਸਮੇਂ ਕਬੱਡੀ ਪਾ ਰਿਹਾ ਹੈ। ਚੱਲ ਵੀ ਜਵਾਨਾਂ ਪਾ ਵੀ ਕਬੱਡੀ ਇਸ ਸਮੇਂ ਅਗਲੀ ਕਬੱਡੀ। ਚੱਲ ਵੀ ਨੌਜਵਾਨ ਇਧਰਲੇ ਪਿੰਡ ਚੌਂਦੇ ਦੀ ਟੀਮ ਦਾ ਨੌਜਵਾਨ ਇਸ ਸਮੇਂ ਗਗਨ ਖੇਡ ਮਲਾਰ ਦੇ ਅੰਦਰ ਕਬੱਡੀ ਪਾ ਰਿਹਾ ਹੈ। ਲਓ ਕਹਿੰਦੇ ਜਲਾਲ ਵਾਲਾ ਗਗਨ ਹੈ, ਇੱਕ ਜੋਗੇ ਵਾਲੇ ਦਾ ਪ੍ਰਸਿੱਧ ਹੈ, ਪਰ ਇਸ ਸਮੇਂ ਚੌਂਦੇ ਵਾਲਾ ਗੱਭਰੂ ਕਬੱਡੀ ਕਬੱਡੀ ਕਰਦਾ ਹੋਇਆ ਹੈ। ਲਓ ਪੈਂਦੀਆਂ ਕਬੱਡੀਆਂ ਨੇ, ਔਰ ਦੇਖਦੇ ਵੀ ਚਾਰ ਜਾਫੀ ਨੇ ਇਸ ਸਮੇਂ ਜਲਾਲ ਪਿੰਡ ਦੇ। ਲਓ ਇਧਰਲੇ ਪਿੰਡ ਸਿੱਪੇ ਨੇ ਕੋਸ਼ਿਸ਼ ਕੀਤੀ ਹੈ, ਨੌਜਵਾਨ ਇਸ ਸਮੇਂ ਪੂਰੀ ਕੋਸ਼ਿਸ਼ ਕਰਦਾ ਹੋਇਆ ਸਿੱਪਾ ਖੇਡ ਮੈਦਾਨ ਦੇ ਅੰਦਰ ਤੇ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਜੁੜਦਾ ਹੋਇਆ ਹੈ। ਚੱਲ ਵੀ ਜਵਾਨਾ ਪਾ ਵੀ ਕਬੱਡੀ, ਚੱਲ ਵੀ ਗੱਭਰੂ ਪਾ ਵੀ ਕਬੱਡੀ ਇਧਰਲੇ ਪਿੰਡ ਜਲਾਲ ਵੱਲੋਂ ਨੌਜਵਾਨ ਗੱਭਰੂ ਕਬੱਡੀ ਪਾ ਰਿਹਾ ਹੈ। ਮੰਗਾ ਇਸ ਸਮੇਂ ਖੇਡ ਮੈਦਾਨ ਦੇ ਅੰਦਰ ਕਹਿੰਦੇ ਕਿ ਮਿੱਠਾਪੁਰ ਦਾ ਪੂਰੀ ਦੁਨੀਆ ਭਰ ਵਿੱਚ ਪ੍ਰਸਿੱਧ ਹੈ, ਪਰ ਚੌਂਦੇ ਵਾਲਾ ਇਸ ਸਮੇਂ ਘਰਦਾ ਹੋਇਆ ਦੋ ਹੱਥ ਦੇਖਦੇ ਵੀ ਛੱਡਦੇ ਛੋਟੇ ਵੀਰਾ ਕਰਨੀ ਰੀਸ ਸ਼ਰਾਬੀਆਂ ਦੀ ਤੇ ਵੇਖ ਪਟਾਕੇ ਪੈਂਦੇ ਕੌਡੀ ਖੇਡ ਪੰਜਾਬੀਆਂ ਦੀ। ਆ ਵੇਖ ਪਟਾਕੇ ਪੈਂਦੇ ਕੌਡੀ ਖੇਡ ਪੰਜਾਬੀਆਂ ਦੀ। ਇਧਰਲੇ ਪਿੰਡ ਦੇਖਦੇ ਵੀ ਜੱਸਾ ਕਬੱਡੀ ਪਾ ਰਿਹਾ ਹੈ, ਨੌਜਵਾਨ ਗੱਭਰੂ ਦੇਖਦੇ ਕਹਿੰਦੇ ਸਿੱਧਵਾ ਦਾ ਪ੍ਰਸਿੱਧ ਹੈ, ਇਸ ਵੇਲੇ ਭਾਈ ਵੀ ਕਬੱਡੀ ਹੈ ਜੱਸੇ ਦੀ। ਪਰ ਦੂਸਰੇ ਪਾਸੇ ਬਾਲਾ ਖਾਈ ਪਿੰਡ ਦਾ ਤੇ ਪੁਆਇੰਟ ਮਣੀ ਧੂੜ ਜੀ ਇਧਰਲੇ ਪਿੰਡ ਫੈਸਲਾ ਜਿਹੜਾ ਨੌਜਵਾਨ ਰੇਡਰ ਦੇ ਹਿੱਸੇ ਹੈ। ਚੱਲ ਵੀ ਨੌਜਵਾਨ ਪਾ ਵੀ ਕਬੱਡੀ, ਗੁਰਮਨ ਜਲਾਲ ਪਿੰਡ ਦਾ ਗੱਭਰੂ ਕਬੱਡੀ ਕਬੱਡੀ ਕਰਦਾ ਹੋਇਆ ਹੈ। ਇਸ ਸਮੇਂ ਖੇਡ ਮੈਦਾਨ ਦੇ ਅੰਦਰ ਪਾਈ ਹੋਈ ਰੇਡ ਹੈ ਨੌਜਵਾਨ ਕਬੱਡੀ ਖਿਡਾਰੀ ਦੀ ਕਿ ਖੇਡੀ ਦੀ ਸੀ ਕਦੇ ਕਬੱਡੀ ਕਲਰੇ ਰੋੜਾਂ ਤੇ ਭਰ ਚੋਵਣ ਮੁਟਿਆਰ ਹੋ ਗਈ ਉੱਚਿਆਂ ਜੋੜਾਂ ਤੇ ਦਿੱਤਾ ਇਸ ਨੂੰ ਥਾਪੜਾ ਸਮੇਂ ਦੀਆਂ ਸਰਕਾਰਾਂ ਨੇ, ਟੀਵੀ ਚੈਨਲਾਂ ਮੀਡੀਆ ਅਤੇ ਅਖਬਾਰਾਂ ਨੇ ਤੇ ਫਿਰ ਵਰਲਡ ਕੱਪ ਨਾਲ ਹੋਏ ਜਦੋਂ ਢੋਲ ਕਬੱਡੀ ਦੇ ਹੁਣ ਦੁਨੀਆਂ ਦੇ ਵਿੱਚ ਵੱਜ ਗਏ ਯੋਧਿਆ, ਢੋਲ ਕਬੱਡੀ ਦੇ ਹੁਣ ਦੁਨੀਆਂ ਦੇ ਵਿੱਚ ਵੱਜ ਗਏ ਯੋਧਿਆ ਢੋਲ ਕਬੱਡੀ ਦੇ। ਗਗਨ ਇਸ ਸਮੇਂ ਕਬੱਡੀ ਪਾ ਰਿਹਾ ਹੈ ਨੌਜਵਾਨ ਗੱਭਰੂ, ਗਗਨਾ ਇਸ ਸਮੇਂ ਕਬੱਡੀ ਕਬੱਡੀ ਕਰਦਾ ਹੋਇਆ ਚੌਂਦੇ ਦੀ ਟੀਮ ਦਾ। ਪਰ ਦੂਸਰੇ ਪਾਸੇ ਦੇਖਦੇ ਵੀ ਆਹ ਨੌਜਵਾਨ ਰਾਜੂ ਸੁਲਹਾਰੀ ਪਿੰਡ ਦਾ ਤੇ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਜੁੜਦਾ ਹੋਇਆ ਹੈ। ਇਧਰਲੇ ਬੰਨੇ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਦੇ ਵਿੱਚ ਜੁੜ ਚੁੱਕਿਆ ਹੈ। ਚੱਲ ਵੀ ਨੌਜਵਾਨਾਂ ਪਾ ਵੀ ਕਬੱਡੀ, ਇਧਰਲੇ ਬੰਨੇ ਗੋਰਾ ਨਿਸ਼ਾਨਾ ਰੰਗ ਹੈ ਨੌਜਵਾਨ ਗੱਭਰੂ ਇਸ ਸਮੇਂ ਨਿੱਕੇ ਨਿੱਕੇ ਕਦਮ ਵਿਰੋਧੀਆਂ ਦੇ ਵਿਹੜੇ ਦੇ ਵਿੱਚ ਧਰਦਾ ਹੋਇਆ ਪਾਈ ਹੋਈ ਕਬੱਡੀ ਹੈ। ਖੇਡ ਮੈਦਾਨ ਦੇ ਅੰਦਰ ਜਲਾਲ ਵੱਲੋਂ ਵੀ ਤੇਰੇ ਟੇਲੇ ਤੋਂ ਸੂਰਤ ਦੀ ਹੀਰ ਦੀ ਦੇਖ ਵੇ ਗੋਰਖਾ ਉੱਡਦੀ ਹੈ ਫੁਲਕਾਰੀ, ਪਰ ਅੱਜ ਧੂੜਾ ਉੱਡਦੀ ਹੈ ਮਾਛੀ ਪੂਰੇ ਦੇ ਖੇਡ ਮੈਦਾਨ ਦੇ ਵਿੱਚ। ਇਸ ਸਮੇਂ ਦੇਖਦੇ ਵੀ ਨੌਜਵਾਨ ਗੱਭਰੂ ਵਾਤਾ ਚੂ ਇਧਰਲੇ ਬਣੇ ਵੇਖਦੇ ਹੈ ਨੌਜਵਾਨ ਕਬੱਡੀ।
ਚੜ੍ਹਨੀ। ਵਾਹ, ਪੁਆਇੰਟ ਜਿਹੜਾ ਨੌਜਵਾਨ ਭਾਗੀ ਦੇ ਹਿੱਸੇ ਜੁੜਦਾ ਹੋਇਆ ਹੈ। ਚੱਲ ਵੀ ਨੌਜਵਾਨ ਭਾਵੀ ਕਬੱਡੀ, ਇਹ ਥੱਲੇ ਬੜੇ ਵੇਖਦੇ ਵੀ ਨੌਜਵਾਨ ਗੱਭਰੂ ਕਬੱਡੀ ਪਾ ਰਿਹਾ ਹੈ। ਇਸ ਵੇਲੇ ਪਾਈ ਹੋਈ ਕਬੱਡੀ ਹੈ, ਨੌਜਵਾਨ ਖਿਡਾਰੀ ਇਧਰਲੇ ਬੜੇ ਕਬੱਡੀ ਕਬੱਡੀ ਕਰਦਾ ਹੋਇਆ ਹੈ। ਨਾਲ ਹੀ ਅਸੀਂ ਇੱਧਰ ਧੰਨਵਾਦ ਕਰਦੇ ਹਾਂ ਸਾਡੇ ਆਸੇ ਪਾਸੇ ਦੇ ਪਿੰਡਾਂ ਤੋਂ ਸਾਡੇ ਬੇਹੱਦ ਹੀ ਸਤਿਕਾਰਯੋਗ ਸੱਜਣ ਹੈ, ਜਿਨ੍ਹਾਂ ਨੇ ਕਿ ਸਾਨੂੰ ਇਸ ਖੇਡ ਮੇਲੇ ਦੇ ਲਈ ਵੱਧ ਚੜ ਕੇ ਮਾਇਆ ਦੇ ਯੋਗਦਾਨ ਦਿੱਤੇ ਹੈ, ਜਿਨ੍ਹਾਂ ਦੇ ਵਿੱਚ ਮੰਗਤਵੀਰ ਸਿੰਘ ਜੀ ਸਰਪੰਚ ਸਾਹਿਬ ਝੱਜੀਆਂ ਵਾਲੇ 31,000 ਰੁਪਇਆ, ਧਰਮਪਾਲ ਸਿੰਘ ਜੀ ਕੈਨੇਡਾ ਦੇ ਵਿੱਚ ਰਹਿੰਦੇ ਝੱਜੀਆਂ ਪਿੰਡ ਹੈ ਉਹਨਾਂ ਵੱਲੋਂ 21,000 ਰੁਪਇਆ, ਕੁਲਜਿੰਦਰ ਸਿੰਘ ਜੀ ਗਰੇਵਾਲ ਯੂਕੇ ਵਾਲੇ 15,000 ਰੁਪਇਆ, ਬਾਬਾ ਚੋਰਾ ਸਿੰਘ ਜੀ 11,000 ਰੁਪਇਆ, ਤੀਰਥ ਸਿੰਘ ਜੀ ਨਿਧਾ ਵਾਲਾ 10,000 ਰੁਪਇਆ, ਗੁਰਵਿੰਦਰ ਸਿੰਘ ਜੀ ਜਟਾਣਾ 10,000 ਰੁਪਇਆ, ਸੁਲਹਾਰੀ ਪਿੰਡ ਹੈ ਕੈਨੇਡਾ ਦੇ ਵਿੱਚ ਰਹਿੰਦੇ ਗੁਰਵਿੰਦਰ ਸਿੰਘ ਜੀ ਜਟਾਣਾ ਸਾਹਿਬ, ਨਾਲ ਹੀ ਬੱਬੂ ਝੱਜੀਆਂ 6100 ਰੁਪਇਆ, ਗੋਕਾ ਫੀਡ ਫੈਕਟਰੀ ਵਾਲੇ 5100 ਰੁਪਇਆ, ਜਸਪਾਲ ਸਿੰਘ ਜੀ ਨੰਗਲ ਕੈਨੇਡਾ 5100 ਰੁਪਇਆ, ਇਹ ਮਾਛੀ ਪੁਗਲੇ ਦੇ ਦੋਤਾ ਨੇ ਜਸਪਾਲ ਸਿੰਘ ਜੀ ਨੰਗਲ ਕੈਨੇਡਾ, ਨਾਲ ਹੀ ਇੱਧਰ ਜਗਜੀਤ ਸਿੰਘ ਜੀ ਮਿਸ਼ਰੀ ਵਾਲਾ ਕੈਨੇਡਾ 5100 ਰੁਪਇਆ, ਗੁਰਜੀਤ ਸਿੰਘ ਜੀ ਮਨੀਲਾ 3100 ਰੁਪਇਆ, ਰਮਨਦੀਪ ਸਿੰਘ ਜੀ ਰਮਣਾ 2100 ਰੁਪਇਆ, ਗੋਗਵਾੜੀ ਪਿੰਡ ਦੇ ਰਮਨਦੀਪ ਸਿੰਘ ਜੀ ਰਮਣਾ, ਨਾਲ ਹੀ ਹਰਭਗਵਾਨ ਸਿੰਘ ਜੀ ਭੁੰਨਾ ਵਾਲਾ ਜਵਾਹਰ ਸਿੰਘ ਵਾਲਾ 2100 ਰੁਪਇਆ, ਡਾਕਟਰ ਰਕੇਸ਼ ਮਹਿਤਾ ਜੀ ਸੁਲਿਹਾਰੇ ਵਾਲੇ 1500 ਰੁਪਇਆ, ਮਾਸਟਰ ਤਰਨਾਮ ਸਿੰਘ ਜੀ ਕਾਲੀਏ ਵਾਲਾ 1100 ਰੁਪਇਆ, ਗੁਰਪ੍ਰੀਤ ਸਿੰਘ ਜੀ ਕਾਲਾ ਸੁਲਿਹਾਰੀ 1000 ਰੁਪਇਆ, ਡਾਕਟਰ ਮੱਖਣ ਲਾਲ ਝੱਜੀਆਂ ਜੀ ਸਾਬਕਾ ਸਰਪੰਚ 2000 ਰੁਪਇਆ। ਨਾਲ ਹੀ ਮੇਰੀ ਬੇਨਤੀ ਇਹਨਾਂ ਸਾਡੇ ਸਾਰੇ ਹੀ ਸਤਿਕਾਰਯੋਗ ਵੀਰਾਂ ਨੂੰ ਵੀ ਕਿਰਪਾ ਕਰਕੇ ਸਾਡੇ ਸੱਜਣ ਸਟੇਜ ਦੇ ਨੇੜੇ ਰਹਿਣ, ਅਸੀਂ ਥੋੜੇ ਸਮੇਂ ਦੇ ਵਿੱਚ ਇਹਨਾਂ ਸਾਡੇ ਸੱਜਣਾਂ ਨੂੰ ਸਨਮਾਨਿਤ ਵੀ ਕਰਾਂਗੇ। ਨਾਲ ਹੀ ਇੱਧਰ ਬੇਨਤੀ ਹੈ ਵੀ ਉੱਧਰ ਜਿੱਥੇ ਗੁਰੂ ਕੇ ਟੁੱਟ ਲੰਗਰ ਵਰਤਾਏ ਜਾ ਰਹੇ ਹੈ ਉੱਥੇ ਸਾਡੇ ਇੱਕ ਸੱਜਣਾਂ ਦਾ ਕਹਿੰਦੇ ਵੀ ਮੋਬਾਈਲ ਵੀ ਜਿਹੜਾ ਨਿਕਲ ਚੁੱਕਿਆ ਹੈ, ਇੱਕ ਹੋਰ ਸੱਜਣ ਦਾ ਕਹਿੰਦੇ ਇੱਥੇ ਦਰਸ਼ਕਵੀਰ ਦਾ ਪਰਸ ਨਿਕਲ ਚੁੱਕਿਆ ਹੈ। ਇਸ ਕਰਕੇ ਆਪੋ ਆਪਣੇ ਸਮਾਨ ਨੂੰ ਸਾਰੇ ਦਰਸ਼ਕਵੀਰਾਂ ਨੂੰ ਬੇਨਤੀ ਹੈ ਵੀ ਸਾਂਭ ਕੇ ਰੱਖੋ, ਸਾਰੇ ਵੀਰਾਂ ਨੂੰ ਬੇਨਤੀ ਹੈ। ਇੱਧਰ ਇੱਧਰੇ ਵੇਖਦੇ ਵੀ ਗਗਨ ਤੇ ਪੁਆਇੰਟ ਜਿਹੜਾ ਸੀਪਾ ਜਲਾਲ ਦੇ ਹਿੱਸੇ ਜੋੜਦਾ ਹੋਇਆ ਹੈ। ਚੱਲ ਵੀ ਗੁਰਮਣ ਪਾਵੀ ਨੌਜਵਾਨਾਂ ਕਬੱਡੀ, ਇਸ ਤਰ੍ਹਾਂ ਵੇਖਦੇ ਵੀ ਜਲਾਲ ਵਾਲੇ ਅਜਮੇਰ ਦੀ ਦੁਨੀਆਂ ਦੀਵਾਨੀ ਹੈ, ਜਲਾਲ ਦਾ ਬੱਬੂ ਕਹਿੰਦੇ ਵੀ ਦੁਨੀਆਂ ਦਾ ਬਿਹਤਰੀਨ ਖਿਡਾਰੀ ਹੈ, ਔਰ ਗਗਨ ਕਹਿੰਦੇ ਵੀ ਨੌਜਵਾਨ ਸੁਪਰ ਸਟਾਰ ਹੈ। ਇੱਧਰਲੇ ਬੜੇ ਦੇਖਦੇ ਵੀ ਤਾਜੂ ਹੈ ਨੌਜਵਾਨ, ਕਹਿੰਦੇ ਬੱਦੋਬਾਲ ਦੇ ਖੇਡ ਮੇਲੇ ਤੇ ਆਹ ਨੌਜਵਾਨ, ਕਹਿੰਦੇ ਵੀ ਨੌਜਵਾਨ ਮੋਟਰਸਾਈਕਲ ਜਿੱਤਿਆ ਹੈ। ਇਸ ਸਮੇਂ ਦੇਖਦੇ 80 ਕਿਲੋ ਭਾਰ ਦਾ ਨੌਜਵਾਨ ਜਾਫੀ ਹੈ, ਪਰ ਕਬੱਡੀ ਨੌਜਵਾਨ ਗੱਭਰੂ ਇਸ ਸਮੇਂ ਖੇਡ ਮੈਦਾਨ ਦੇ ਅੰਦਰ ਜੱਸਾ ਕਬੱਡੀ ਪਾ ਰਿਹਾ ਹੈ। ਦੂਸਰੇ ਪਾਸੇ 4 ਜਾਫੀ ਨੇ ਜਲਾਲ ਪਿੰਡ ਦੇ। ਨਾਲ ਹੀ ਮੇਰੀ ਬੇਨਤੀ ਹੈ ਭਾਈ ਬਰਸਾ ਜੀ ਨੂੰ ਅਗਲੀਆਂ ਟੀਮਾਂ ਜਿਹੜੀਆਂ ਅਨਾਊਂਸ ਕਰ ਦਿਓ ਕਿਰਪਾ ਕਰਕੇ। ਇੱਕ ਪਹਿਲਾ ਮੈਚ ਵਿਸ਼ਾ ਕਰਦੇ ਤੇ ਪਹਿਲਾਂ ਅਖੀਰ ਤੇ ਕਰਦੇ, ਬਾਕੀ ਬੋਲਦੇ ਮੈਟ ਬਾਲਦੇ ਕਿ ਨਹੀਂ ਆਉਣੇ। ਹੈਲੋ ਗੁੱਲੇ, ਓ ਗੁੱਲੇ ਇੱਕ ਮਿੰਟ ਲਾਈਟ ਮੋੜ ਜਾ, ਉਹ ਸੁਣਦਾ ਹੀ ਨਹੀਂ ਯਾਰ ਉਹਨਾਂ ਦਾ।
ਚੱਲ ਗਈ। ਵਾਹ, ਇਧਰਲੇ ਬਣੇ ਵੇਖਦੇ ਹੈ ਨੌਜਵਾਨ ਗੱਭਰੂ ਇਸ ਸਮੇਂ ਪੁਆਇੰਟ ਜਿਹੜਾ ਆਪਣੀ ਟੀਮ ਦੇ ਉਹ ਲਾਈਟ ਲਾਇਆ ਯਾਰ ਆ ਕਿੱਧਰ ਦਿੰਦਾ ਉਹ ਯਾਰ ਆ ਫੜਨ ਦੋ ਆ ਯਾਰ ਇਧਰਲੇ ਬੰਨੇ ਪੈਂਦੀ ਹੋਈ ਕਬੱਡੀ ਹੈ ਇੱਕ ਮੈਚ ਬਾਈ ਜੀ ਜੇ ਤੁਹਾਡੇ ਕੋਲੇ ਲਿਸਟ ਹੈਗੀ ਕੋਈ ਉਹਨੇ ਇੱਕ ਮੈਚ ਇਧਰੋਂ ਸਟੇਜ ਤੋਂ ਅਨਾਊਂਸ ਕਰ ਦਿਓ ਹੈਲੋ ਉਹ ਬਿੱਲੀ ਲੈਸਟ ਨਾ ਮੋੜ ਲਿਆ ਇੱਥੇ ਚੱਲ ਵੀ ਨੌਜਵਾਨਾ ਭਾਵੀ ਕਬੱਡੀ ਮੰਗਾ ਇਸ ਸਮੇਂ ਜਲਾਲ ਵਾਲਾ ਮੰਗਾ ਦੇਖ ਰਹੀ ਵੀ ਕਬੱਡੀ ਪਾ ਰਿਹਾ ਹੈ ਇਸ ਸਮੇਂ ਖੇਡ ਵਿਭਾਗ ਦੇ ਅੰਦਰ ਪਾਈ ਹੋਈ ਰੇਡ ਹੈ ਨੌਜਵਾਨ ਗੱਭਰੂ ਕਬੱਡੀ ਕਬੱਡੀ ਕਰਦਾ ਹੋਇਆ ਹੈ ਦੇਖ ਰਹੇ ਵੀ ਇਧਰਲੇ ਬੰਨੇ ਪੈਂਦੀਆਂ ਕਬੱਡੀਆਂ ਨੇ ਚੜ ਚੜ ਕੇ ਦੇਖਦਾ ਜ਼ਮਾਨਾ ਸਾਰਾ ਖੜ ਖੜ ਕੇ ਜਿੰਨੇ ਵੀ ਦਰਸ਼ਕ ਪੁੱਜੇ ਹੋਏ ਹੈ ਆਪਾਂ ਸਾਰੇ ਸੱਜਣਾਂ ਦਾ ਧੰਨਵਾਦ ਕਰਦੇ ਹਾਂ ਸਾਡੇ ਸਾਰੇ ਹੀ ਸਤਿਕਾਰਯੋਗ ਚੀਫ ਗੈਸਟ ਸਰਦਾਰ ਕੁਲਜਿੰਦਰ ਸਿੰਘ ਜੀ ਗਰੇਵਾਲ ਯੂਕੋ ਸਾਡੇ ਦਰਮਿਆਨ ਪਹੁੰਚ ਚੁੱਕੇ ਹਨ ਉਹਨਾਂ ਦਾ ਇੱਥੇ ਪਹੁੰਚਣ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਰਦਾਰ ਕੁਲਜਿੰਦਰ ਸਿੰਘ ਗਰੇਵਾਲ ਤਜਿੰਦਰ ਸਿੰਘ ਜੀ ਗਰੇਵਾਲ ਪਹੁੰਚ ਚੁੱਕੇ ਅਸੀਂ ਇੱਥੇ ਆਉਣ ਤੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਲੋ ਇਧਰਲੇ ਬੰਨੇ ਵੇਖਦੇ ਵੀ ਪੁਆਇੰਟ ਜਿਹੜਾ ਰੇਡਰ ਦੇ ਹਿੱਸੇ ਜੁੜਦਾ ਹੋਇਆ ਹੈ ਪੁਆਇੰਟ ਜਿਹੜਾ ਜਲਾਲ ਦੀ ਟੀਮ ਦੇ ਹਿੱਸੇ ਜੁੜ ਚੁੱਕਿਆ ਹੈ ਚਾਲ ਵੀ ਜਵਾਨਾ ਭਾਵੀ ਕਬੱਡੀ ਇਧਰਲੇ ਬਣੇ ਅਗਲੀ ਕਬੱਡੀ ਚਾਲ ਵੀ ਨੌਜਵਾਨ ਹੈ ਭਾਵੀ ਕਬੱਡੀ ਗਗਨ ਇਸ ਸਮੇਂ ਨੌਜਵਾਨ ਅਗਲੀ ਕਬੱਡੀ ਖੇਡ ਮਲਾਰ ਦੇ ਅੰਦਰ ਵੇਖ ਰਹੇ ਵੀ ਨੌਜਵਾਨ ਗੱਭਰੂ ਕਬੱਡੀ ਪਾ ਰਿਹਾ ਹੈ ਇਧਰਲੇ ਬਣੇ ਝੋਤੇ ਵਾਲੇ ਗੱਭਰੂ ਦੀ ਭਾਈ ਹੋਈ ਕਬੱਡੀ ਹੈ ਦੇਖਣਾ ਵੀ ਪੁਆਇੰਟ ਕਿਸ ਗੱਭਰੂ ਦੇ ਹਿੱਸੇ ਜੁੜੇਗਾ ਪੈਂਦੀਆਂ ਹੋਈਆਂ ਕੌਲ ਕਬੱਡੀਆਂ ਨੇ ਔਰ ਚਿੱਟੀਆਂ ਕਪਾਹ ਦੀਆਂ ਫੁੱਟੀਆਂ ਵਰਗੀ ਧੁੱਪ ਹੈ ਲਿਸ਼ਕ ਦੇ ਪਿੰਡੇ ਨੇ ਬੱਬਰ ਸ਼ੇਰ ਜਵਾਨਾਂ ਦੇ ਲੋ ਸੁਲਹਾਰੀ ਪਿੰਡ ਦਾ ਰਾਜੂ ਕਹਿੰਦੇ ਵੀ ਨੌਜਵਾਨ ਇੰਗਲੈਂਡ ਦੇ ਖੇਡ ਮੈਦਾਨਾਂ ਦੇ ਵਿੱਚ ਸੋਹਣਾ ਖੇਡਿਆ ਪਰ ਇਸ ਸਮੇਂ ਪੁਆਇੰਟ ਜਿਹੜਾ ਨੌਜਵਾਨ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਸੁਲਹਾਰੀ ਵਾਲਾ ਰਾਜੂ ਇਸ ਸਮੇਂ ਗੁਆਂਢੀ ਪਿੰਡ ਹੈ ਪੁਆਇੰਟ ਜਿਹੜਾ ਇਸ ਸਮੇਂ ਨੌਜਵਾਨ ਜਲਾਲ ਦੀ ਟੀਮ ਦੇ ਹਿੱਸੇ ਜੋੜ ਚੁੱਕਿਆ ਹੈ ਚੱਲ ਵੀ ਜਵਾਨਾ ਪਾ ਵੀ ਕਬੱਡੀ ਇਧਰਲੇ ਬਣੇ ਅਗਲੀਆਂ ਕਬੱਡੀਆਂ ਇਸ ਸਮੇਂ ਖੇਡ ਵਿਭਾਗ ਦੇ ਅੰਦਰ ਦੇਖਦੇ ਹੈ ਨੌਜਵਾਨ ਕਬੱਡੀ ਕਬੱਡੀ ਕਰਦਾ ਹੋਇਆ ਹੈ ਇਸ ਸਮੇਂ ਪਾਈ ਹੋਈ ਰੇਡ ਹੈ ਨੌਜਵਾਨ ਗੱਭਰੂ ਕਬੱਡੀ ਪਾ ਰਿਹਾ ਹੈ ਵਾਹ ਬਚ ਕੇ ਹੈਲੋ ਗੇੜ ਦੀ ਖੁੱਲੀ ਯਾਰ ਕਿਹਦੇ ਕੋਲ ਉੱਥੇ ਬਚਾਓ ਗਰੇਵਾਲ ਸਾਹਿਬ ਖੜ ਗਏ ਹਿੱਸੇ ਜੁੜਵਾ ਹੋਇਆ ਹੈ ਚੱਲ ਵੀ ਗੱਭਰੂ ਆ ਭਾਵੀ ਕਬੱਡੀ ਇਸ ਅਗਲੀ ਕਬੱਡੀ ਅਗਲਾ ਜਿਹੜਾ ਮੈਚ ਹੈ ਦਰਸ਼ਕ ਵੀਰੋ ਜਿਹੜਾ ਪਹਿਲਾ ਮੈਚ ਹੈ ਪੂਰੀ ਸਿਰ ਧਰ ਦੀ ਬਾਜ਼ੀ ਲੱਗੇਗੀ ਦੂਸਰੇ ਰਾਊਂਡ ਦਾ ਪਹਿਲਾ ਮੈਚ
ਵਰਸੀ ਚੋਲਾ ਸਾਹਿਬ ਵਕੀਲਾਂ ਵਾਲਾ ਤੇ ਜਿਹੜੀ ਇਹਨਾਂ ਵਿੱਚੋਂ ਜਿੱਤੇਗੀ ਤੇ ਤੀਜਾ ਮੈਚ ਵੀ ਬੜਾ ਤਕੜਾ ਖੇਡਿਆ ਜਾਵੇਗਾ। ਜੋਗੇ ਵਾਲਾ ਵਰਸੀ ਰਸੂਲਪੁਰ, ਜੋਗੇ ਵਾਲਾ ਵਰਸੀ ਰਸੂਲਪੁਰ ਤੇ ਚੌਥਾ ਮੈਚ ਬਘੇਲੇ ਵਾਲਾ ਵਰਸੀ ਲੰਡੇ ਔਰ ਫੱਕਰ ਝੰਡੇ ਦੀ ਟੀਮ ਨੂੰ ਜਿਹੜੀ ਬਾਈ ਮਿਲੀ ਹੈ। ਮੇਰਾ ਸੱਦਾ ਹੈ ਤਲਵੰਡੀ ਭਾਈ ਤੇ ਚੋਲਾ ਸਾਹਿਬ ਦੀਆਂ ਟੀਮਾਂ ਗਰਾਉਂਡਾਂ ਵੱਲ ਆ ਜਾਓ ਮੇਰੇ ਵੀਰ, ਤਲਵੰਡੀ ਭਾਈ ਤੇ ਚੋਲਾ ਸਾਹਿਬ ਦੋਨੋਂ ਟੀਮਾਂ ਨੂੰ ਬੇਨਤੀ ਹੈ। ਇਸ ਤੋਂ ਜਿਹੜਾ ਅਗਲਾ ਮੈਚ ਜਿਹੜਾ ਉਹ ਵੀ ਬੜਾ ਤਕੜਾ ਖੇਡਿਆ ਜਾਣਾ ਹੈ, ਹਿੰਦ ਪਾਕ ਦੀ ਟੱਕਰ ਹੈ। ਦੋਨੋਂ ਟੀਮਾਂ ਨੂੰ ਬੇਨਤੀ ਹੈ ਤਲਵੰਡੀ ਭਾਈ ਤੇ ਚੋਲਾ ਸਾਹਿਬ ਦੀਆਂ ਟੀਮਾਂ ਗਰਾਊਂਡ ਦੇ ਨੇੜੇ ਪੁੱਜ ਜਾਣ ਵਕੀਲਾਂ ਵਾਲਾ ਤੇ ਜਿਹੜੀ ਇਹਨਾਂ ਦੇ ਵਿੱਚੋਂ ਜਿੱਤੇਗੀ। ਮੈਂ ਤਗੜਾ ਇਸ ਸਮੇਂ ਗੱਭਰੂ ਕਬੱਡੀ ਭਾ ਰਿਹਾ ਹੈ ਖੇਡ ਮੈਦਾਨ ਦੇ ਅੰਦਰ, ਪਰ ਦੂਸਰੇ ਪਾਸੇ ਵੇਖ ਲਈ ਨੌਜਵਾਨ ਗੱਭਰੂ ਜਲਾਲ ਪਿੰਡ ਦਾ ਇਸ ਸਮੇਂ ਜੀਵਨ ਪੁਆਇੰਟ ਜਿਹੜਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਹੈ। ਇਧਰ ਸਾਡੇ ਸਟੇਜ ਦੀ ਵੜਾਈ ਵਾਸਤੇ ਗੁਲਾਬ ਸਿੰਘ ਜੀ ਫਿੱਟੇ 1000 ਰੁਪਈਆ, ਮਹਿੰਦਰ ਸਿੰਘ ਜੀ ਭੰਗੂ 500 ਰੁਪਈਆ, ਗੁਰਪ੍ਰੀਤ ਸਿੰਘ ਜੀ ਗਾਹੌਰ 3000 ਰੁਪਈਆ, ਨਾਲ ਹੀ ਨਿਰਮਲ ਸਿੰਘ ਜੀ ਸੁਨੇਹਾਲੀ 500 ਰੁਪਈਆ, ਚਰਨਾਮ ਸਿੰਘ ਜੀ ਕਾਲੀਏ ਵਾਲਾ 1100 ਰੁਪਈਆ, ਬਲਜਿੰਦਰ ਸਿੰਘ ਜੀ ਤਲਵੰਡੀ ਭਾਈ 1000 ਰੁਪਈਆ, ਬਲਜੀਤ ਸਿੰਘ ਜੀ ਝੰਡਿਆਣਾ 1000 ਰੁਪਈਆ, ਗੁਰਜੀਤ ਸਿੰਘ ਜੀ ਮਨੀਲਾ 3100 ਰੁਪਈਆ, ਬਸੰਤ ਹਰਾਜ ਜੀ ਪ੍ਰਸਿੱਧ ਖਿਡਾਰੀ ਹੈ ਔਰ ਉੱਗੇ ਖੇਡ ਪ੍ਰਮੋਟਰ 1000 ਰੁਪਈਆ, ਜਸਪਾਲ ਸਿੰਘ ਜੀ ਹਰਾਜ 1000 ਰੁਪਈਆ, ਬੰਤ ਸਿੰਘ ਜੀ ਬਿਜਲੀ ਵਾਲਾ 200 ਰੁਪਈਆ। ਇਹਨਾਂ ਸਾਰੇ ਹੀ ਸਤਿਕਾਰਯੋਗ ਸੱਜਣਾਂ ਦਾ ਧੰਨਵਾਦ ਕੀਤਾ ਜਾਂਦਾ ਹੈ। ਇਧਰਲੇ ਬਣੇ ਦੇਖ ਰਹੇ ਮੰਗਾ ਜਲਾਲ ਪਿੰਡ ਦਾ ਗੱਭਰੂ ਕਬੱਡੀ ਭਾ ਰਿਹਾ ਹੈ, ਇਸ ਸਮੇਂ ਪੈਂਦੀ ਹੋਈ ਕਬੱਡੀ ਹੈ ਖੇਡ ਮੈਦਾਨ ਦੇ ਅੰਦਰ। ਗੱਡੀ ਇੰਡੀਗੋ ਡੀਐਲ 4C 3770 ਇੰਡੀਗੋ ਗੱਡੀ ਹੈ ਜਿਹੜੀ ਸਾਡੇ ਸੱਜਣਾਂ ਦੀ ਹੈ। 3770 ਇੰਡੀਗੋ ਕਾਰ ਆਪਣੀ ਸਾਈਡ ਤੇ ਕਰ ਲਓ ਮੇਰੇ ਵੀਰ, ਉਧਰ ਦਰਸ਼ਕ ਵੀਰਾਂ ਨੇ ਜਾਂ ਖਿਡਾਰੀ ਵੀਰਾਂ ਨੇ ਆਪਣੇ ਸਾਧਨ ਲਗਾਉਣੇ ਹੈ। 3770 ਇੰਡੀਗੋ ਗੱਡੀ ਕਿਰਪਾ ਕਰਕੇ ਸਾਈਡ ਤੇ ਕਰ ਲਈ ਜਾਵੇ ਜੀ। ਸਾਡੇ ਦਰਮਿਆਨ ਸਾਡੇ ਅੱਜ ਦੇ ਮੁੱਖ ਮਹਿਮਾਨ ਕੁਲਜਿੰਦਰ ਸਿੰਘ ਜੀ ਗਰੇਵਾਲ ਸਾਡੇ ਗਰਾਊਂਡ ਵਿੱਚ ਪਹੁੰਚੇ, ਇੱਥੇ ਆਉਣ ਤੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਭਗਵਾਨ ਜੀ ਕੁਰਸੀਆਂ ਮੰਗਾ ਦਿਓ ਤੇ ਸਾਈਡ ਤੇ ਲਾ ਦਿਓ ਤੇ ਨਾਲ ਦੁਕਾਨ ਤੇ ਲਾ ਦਿਓ ਉਹਨਾਂ ਕੋਲ। ਉਧਰ 3770 ਇੰਡੀਗੋ ਗੱਡੀ ਸਾਈਡ ਤੇ ਕਰ ਦਿੱਤੀ ਜਾਵੇ ਵੀ ਚਾਹ ਪਾਣੀ ਲੈ ਕੇ ਉਧਰ ਗਰੇਵਾਲ ਕੋਲ ਪਹੁੰਚਣ। ਨਾਲ ਹੀ ਇੱਕ ਕਹਿੰਦੇ ਵੀ ਸਫਾਰੀ ਗੱਡੀ ਹੈ 0030 ਨੰਬਰ, ਉਹਨੂੰ ਵੀ ਜਿਹੜਾ ਸਾਈਡ ਤੇ ਕਰ ਦਿੱਤਾ ਜਾਵੇ। ਨਾਲ ਜਿਹੜਾ ਮੈਚ ਹੋ ਕੇ ਹਟਿਆ ਹੈ ਜਲਾਲ ਦੇ ਪੁਆਇੰਟ ਨੇ 16 ਤੇ ਚੌਦੇ ਦੇ 20.5 ਪੁਆਇੰਟ ਹੈ। ਚੌਦੇ ਦੀ ਟੀਮ ਜਿੱਤ ਰਹੀ ਹੈ, ਚੌਦੇ ਦੀ ਟੀਮ ਖੇਡੇਗੀ ਵਕੀਲਾਂ ਵਾਲੇ ਨਾਲ। ਕੁਲਦੀਪ ਮਾਲੇ ਵਾਲਾ 10 ਮਿੰਟਾਂ ਦੇ ਵਿੱਚ 300 ਡੰਡ ਲਾ ਕੇ ਦਿਖਾ ਦੇਗਾ।